ਤਜਦਾ ਵਿਚਾਰ ਸਾਤਿਸ਼ਰਕਾਲ ਜੀ ਤੁਸੀਂ ਪ੍ਰਾਈਮ ਮਿਨਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਰਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਤਜਦਾ ਵਿਚਾਰ ਲੈ ਕੇ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਹੀ ਹਰਮਨ ਥਿੰਦ ਜੀ ਮੇਰੇ ਨਾਲ ਨੇ ਤੇ ਉਹਨਾਂ ਦਾ ਆਪਾਂ ਸਭ ਤੋਂ ਪਹਿਲਾਂ ਕਰਦੇ ਆ ਸਵਾਗਤ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਕੀ ਪਹਿਲਾਂ ਆਪਾਂ ਮੌਸਮ ਦੀ ਹਾਲ ਬਿਆਨੀ ਕਰਦੇ ਆ ਉਸ ਤੋਂ ਬਾਅਦ ਸਵਾਗਤ ਕਰਨਾ ਭਾਵੇਂ ਜੋ ਮਰਜ਼ੀ ਕਹੀ ਜਾਵੇ ਕੋਈ ਆਪਾਂ ਚਿੰਤਾ ਨਹੀਂ ਕਰਨੀ ਆਪਾਂ ਪ੍ਰਵਾਹ ਨਹੀਂ ਕਰਨੀ ਸ਼ਰੀਕ ਵਿੱਚ ਕੁਸਪੈਟ ਕਰਨੀ ਚਾਹਦੇ ਆ ਪਰ ਬਸ ਕੋਕ ਤੇ ਜੜ ਦੇਣੀ ਆਪਾਂ ਗੱਲ ਇਹ ਆ ਵੀ ਪੰਜਾਬ ਦਾ ਮੌਸਮ ਅੱਜ ਤਾਂ ਹੈਗਾ ਬੜਾ ਸੋਹਣਾ ਧੁੱਪ ਨਿਕਲੀ ਬੜੀ ਪਿਆਰੀ ਤੇ ਤਿੱਖੀ ਪਿੰਡੇ ਨੂੰ ਛੇੜਦੀ ਆ ਸੇਕਦਾ ਸੋਹਣਾ ਸੋਹਣਾ ਲੱਗਦਾ ਚੰਗਾ ਚੰਗਾ ਲੱਗਦਾ ਪਰ ਮੌਸਮ ਵਿਭਾਗ ਕਹਿੰਦਾ ਜੀ 8 ਤਰੀਕ ਨੂੰ ਪੰਜਾਬ 'ਚ ਬੱਦਲ ਵਾਈ ਤੇ 9 ਤੇ 10 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਪੈਣਾ ਮੈਨੂੰ ਨਹੀਂ ਪਤਾ ਪੈਣਾ ਕਿ ਨਹੀਂ ਪੈਣਾ ਪਰ ਜਿਵੇਂ ਉਹਨਾਂ ਨੇ ਕਿਹਾ ਉਸੇ ਹਿਸਾਬ ਦੇ ਨਾਲ ਕੋਟੀ ਨੂੰ ਧੁੱਪ ਲਵਾ ਕੇ ਕਿਤੇ ਇਹ ਨਾ ਹੋਵੇ ਬਿੱਟ ਦੇ ਬਾਕਸ ਚ ਰੱਖ ਦੇਉ। ਬਾਹਰ ਹੀ ਰੱਖਿਓ ਹਲੇ ਉਦਾਂ ਤੋਂ ਆਪ ਲਵਾ ਲਓ ਭਾਵੇਂ। ਲੀੜੇ ਪੂਰੇ ਪਾ ਕੇ ਰੱਖਣੇ ਆ। ਪੰਗਾ ਨਹੀਂ ਲੈਣਾ ਕੋਈ ਤੇ ਐਵੇਂ ਨਹੀਂ ਆਪਾਂ ਕਹਿੰਦੇ ਆ ਭਾਈ ਠੰਡ ਤੱਕ ਗਈ। ਇਹਦਾ ਕੋਈ ਪਤਾ ਨਹੀਂ। ਇਹ ਆਊਗੀ। ਮੇਰੇ ਕਰਨ ਅਰਜਨ ਆਉਣਗੀ। ਅਸਮਾਨ ਕਸਿਮਾ ਚਿਰ ਕਰਨ ਆਉਣਗੀ। ਦਰਜਨ। ਦਰਤੀ ਕੀ ਜਾਤੀ ਫਾੜ ਕਰਾਂਗੀ। ਦਰਜਨ। ਦਰਜਨ। ਤੇ ਆ ਹੁਣ ਆਪਾਂ ਹਰਮਨ ਜੀ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਟਾਣਾ ਸਾਹਿਬ ਕੀ ਹਾਲ ਚਾਲ ਨੇ ਬਹੁਤ ਵਧੀਆ ਅੱਜ ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਸ਼ੁਰੂਆਤ ਦੇ ਵਿੱਚ ਹੀ ਆਪਣੀ ਹਾਜ਼ਰੀ ਲਵਾ ਸਕਾਂ ਪਰ ਕੁਝ ਮੇਰੇ ਆਲੇ ਦੁਆਲੇ ਲੋਕੇ ਹੋ ਜੇ ਬੈਠੇ ਹੋਏ ਨੇ ਹੂੰ ਵਿਰੋਧੀ ਦਾਤਾ ਨਹੀਂ ਨਹੀਂ ਵਿਰੋਧੀ ਤਾਂ ਨਹੀਂ ਦੀ ਆਪਾਂ ਹਰ ਰੋਜ਼ ਪ੍ਰੋਗਰਾਮ ਇਕੱਠੇ ਕਰਦੇ ਆ ਹੁਣ ਤਾਂ ਆਪਾਂ ਸਾਰੇ ਪਰਿਵਾਰਕ ਜੀ ਆ ਕੋਈ ਵਿਰੋਧੀ ਨਹੀਂ ਇੱਥੇ ਸਾਰੇ ਹੀ ਆਪਣੇ ਨੇ ਸੋ ਗੱਲ ਇਹ ਹੈ ਵੀ ਮੈਂ ਬਹੁਤ ਕੋਸ਼ਿਸ਼ ਕੀਤੀ ਹਾਜ਼ਰੀ ਲਵਾਉਣ ਦੀ ਪਰ ਚਲੋ ਕੋਈ ਗੱਲ ਨਹੀਂ ਥੋੜੀ ਜੀ ਸਫਲ ਹੋ ਗਈ ਸੀ ਮੈਂ ਉਹਦੇ 'ਚ ਬਿਲਕੁਲ ਸਹੀ ਗੱਲ ਆ ਤੁਸੀਂ ਹਮੇ ਤੇ ਜਿੰਨੀ ਦੇਰ ਤੱਕ ਮੈਂ ਹੈਗਾ ਤੇ ਮੈਂ ਪਿਛੇ ਠੀਕ ਆ ਨਹੀਂ ਨਹੀਂ ਆਪਾਂ ਹਮੇਸ਼ਾ ਸਾਰੇ ਇਕੱਠੇ ਹੀ ਵਧਾਂਗੇ ਮਿਹਰਬਾਨੀ ਸੋ ਖੈਰ ਮੌਸਮ ਦੀ ਹਾਲ ਬਿਆਨ ਨਹੀਂ ਹੋ ਗਈ ਤੇ ਹੁਣ ਚਾਹਦਾ ਵਿਚਾਰ ਸੁਣਾਓ ਟੈਲ ਨਾ ਤੁਸੀਂ ਹੁਣ ਗਵਰਨਰ ਨਾਲ ਸੁਣਿਓ ਹਿੰਦੀ ਦੇ ਵਿੱਚ ਅੱਜ ਕਿ ਸਭ ਕੁਝ ਮਿਲ ਜਾਏਗਾ ਤਾਂ ਤਮੰਨਾ ਕਿਸ ਕੀ ਕਰੋਗੇ ਸਭ ਕੁਝ ਮਿਲ ਜਾਏਗਾ ਤਾਂ ਤਮੰਨਾ ਕਿਸ ਕੀ ਕਰੋਗੇ ਸਭ ਕੁਝ ਮਿਲ ਜਾਏਗਾ ਤਾਂ ਤਮੰਨਾ ਕਿਸ ਕੀ ਕਰੋਗੇ ਅਦੂਰੀ ਖਾਹਿਸ਼ਾਂ ਹੀ ਤਾਂ ਜ਼ਿੰਦਗੀ ਜੀਣੇ ਦਾ ਮਜ਼ਾ ਦਿੰਦੀਆਂ। ਕੀ ਬਾਤ ਹੈ ਰਣਾ। ਜੇ ਲੋ ਬੰਦੇ ਦੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਹੋ ਗਈਆਂ। ਹੂੰ। ਬੰਦਾ ਜੋ-ਜੋ ਜ਼ਿੰਦਗੀ ਦੇ ਵਿੱਚ ਚਾਹੁੰਦਾ ਤੇ ਫਿਰ ਤਾਂ ਗੱਲ ਹੀ ਮੁੱਕ ਗਈ। ਹੂੰ। ਕਿਉਂਕਿ ਜਿਹੜੀ ਚੀਜ਼ ਆਪਾਂ ਨੂੰ ਮਿਲਦੀ ਨਹੀਂ ਖਿੱਚ ਤਾਂ ਉਹਦੀ ਆ। ਹੂੰ। ਜਿਹੜੀ ਚੀਜ਼ ਮਿਲ ਜਾਵੇ ਉਹ ਤਾਂ ਖਤਮ ਹੀ ਹੋ ਗਈ। ਉਹਦੀ ਅਹਿਮੀਅਤ ਹੂੰ। ਉਹਦੀ ਮਹੱਤਤਾ ਉਹਦੀ ਕੀਮਤ ਖਤਮ ਹੋ ਗਈ। ਸੋ ਇਸ ਕਰਕੇ ਇੱਕ ਤਾੰਗ ਹੁੰਦੀ ਆ ਕਿ ਜੇਕਰ ਆ ਚੀਜ਼ ਮੈਨੂੰ ਮਿਲ ਜੇ ਤਾਂ ਗੱਲ ਫੇਰ ਵੱਢ ਜੀ। ਜੇ ਮੈਨੂੰ ਆ ਚੀਜ਼ ਮਿਲ ਜੇ ਗੱਲ ਫੇਰ ਬਣ ਜੇ। ਬਿਲਕੁਲ। ਸਾਰੀਆਂ ਚੀਜ਼ਾਂ ਮਿਲਦੀ ਤੇ ਹਰ ਚੀਜ਼ ਮਿਲਣੀ ਵੀ ਨਹੀਂ ਚਾਹੀਦੀ ਮਾੜੀ ਜੇ ਕਸਕ ਜੀ ਅੰਦਰ ਰਹਿਣੀ ਚਾਹੀਦੀ ਆ ਜੀ ਪਰ ਗੱਲ ਇਹ ਕਿਤੇ ਐਂ ਹੁੰਦਾ ਨਾ ਹਾਂ ਫਿਰ ਗੱਲ ਬਣਦੀ ਮੈਂ ਕੁਛ ਕਵਾਂ ਹੌਣ ਦਿਓ ਅੱਜ ਤਾਂ ਰਣਾ ਸਾਹਿਬ ਬ੍ਰੇਕ ਹੈ ਹੀ ਨਹੀਂ ਰੇਸ ਹੀ ਰੇਸ ਹੈ ਬਸ ਹੌਣ ਦਿਓ ਹੌਣ ਦਿਓ ਮੈਂ ਤਾਂ ਇਹ ਕਹਿ ਰਹੀ ਸੀ ਕਿ ਜੇਕਰ ਜ਼ਿੰਦਗੀ ਦੇ ਵਿੱਚ ਸਭ ਕੁਝ ਹਾਸਲ ਹੋ ਜਾਵੇ ਹਨਾ ਤੇ ਫਿਰ ਬੰਦਾ ਕਿਤੇ ਨਾ ਕਿਤੇ ਕੁਦਰਤ ਨੂੰ ਵੀ ਮਖੌਲਾ ਜਿਹਾ ਕਰਨ ਲੱਗ ਜਾਂਦਾ ਵੀ ਮੇਰੇ ਕੋਲ ਤਾਕਤਵਰ ਕੌਣ ਹੈ ਮੇਰੇ ਕੋਲ ਤਾਂ ਹਰ ਚੀਜ਼ ਹੈ ਜਿਹੜੀ ਮੈਂ ਚਾਹੀ ਉਹੀ ਮੈਂ ਪਾਈ ਸੋ ਇਸ ਲਈ ਗੱਲ ਇਹ ਹੈ ਕਿ ਜੇਕਰ ਚਲੋ ਇਹਦਾ ਦੂਸਰਾ ਪੱਖ ਵੀ ਆਪਾਂ ਲੈ ਲੈਂਦੇ ਆ ਵੀ ਜੇਕਰ ਜ਼ਿੰਦਗੀ ਦੇ ਵਿੱਚ ਕੁਝ ਹਾਸਲ ਨਹੀਂ ਵੀ ਕਰ ਸਕੇ ਤਾਂ ਉਹਦਾ ਪਛਤਾਵਾ ਨਾ ਰੱਖੋ ਬਿਲਕੁਲ ਸਹੀ ਉਹ ਤੁਸੀਂ ਹਮੇਸ਼ਾ ਮਨ ਦੇ ਵਿੱਚ ਇਸ ਚੀਜ਼ ਦਾ ਗਮ ਨਾ ਲੈ ਕੇ ਜਿਓ ਕਿ ਮੈਂ ਉਹ ਚੀਜ਼ ਹਾਸਲ ਨਹੀਂ ਕਰ ਸਕਿਆ ਉਹ ਚੀਜ਼ ਮੈਨੂੰ ਮਿਲੀ ਨਹੀਂ ਮੈਂ ਉਹਦੇ ਲਈ ਕੋਸ਼ਿਸ਼ ਬਹੁਤ ਕੀਤੀ ਮੈਂ ਸੁਪਨੇ ਬਹੁਤ ਦੇਖੇ ਸੀ ਪਰ ਉਹ ਸੁਪਨੇ ਪੂਰੇ ਨਹੀਂ ਹੋਏ ਇਹਦੇ ਵਿੱਚ ਵੀ ਕੋਈ ਭਲਾਈ ਹੁੰਦੀ ਬਿਲਕੁਲ ਤੇ ਇੱਕ ਹੋਰ ਗੱਲ ਸੁਣਾਵਾਂ ਦਾਦੇ ਪੋਤੇ ਦੇ ਆਪਸੀ ਸਾਂਝ ਦੀ ਪਿਆਰ ਦੀ ਦੇਖੋ ਮੂਲ ਨਾਲੋਂ ਵਿਆਜ ਪਿਆਰਾ ਜਿੰਨਾ ਮੁੰਡਾ ਨਹੀਂ ਪਿਆਰਾ ਹੁੰਦਾ ਉਹਦੇ ਨਾਲੋਂ ਵੱਧ ਪਿਆਰਾ ਪੋਤਾ ਹੁੰਦਾ ਪੋਤਾ ਹੁੰਦਾ ਧੀ ਪੁੱਤ ਹੁੰਦਾ ਜਾਨਕਿ ਪੋਤਾ ਪੋਤੀ ਹੁੰਦੇ ਆ ਉਹ ਇਹ ਆ ਕਿ ਜਿਹੜਾ ਪੋਤਾ ਹੁੰਦਾ ਨਾ ਦਾਦਾ ਉਹਦਾ ਪਹਿਲਾ ਦੋਸਤ ਹੁੰਦਾ ਹੂੰ ਪੋਤੇ ਦਾ ਦਾਦਾ ਪਹਿਲਾ ਦੋਸਤ ਹੁੰਦਾ ਪਹਿਲਾ ਦੋਸਤ ਹੁੰਦਾ ਤੇ ਦਾਦੇ ਦਾ ਪੋਤਾ ਆਖਰੀ ਦੋਸਤ ਹੁੰਦਾ ਕੀ ਬਾਤ ਹੈ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਹੁੰਦਾ ਵੀ ਅੱਖ ਦੇ ਫੋਰ ਨਾਲ ਕੀ ਤੋਂ ਕੀ ਹੋ ਜਾਣਾ ਸੋ ਦਾਦੇ ਤੇ ਪੋਤੇ ਦੀ ਜੋੜੀ ਸਲਾਮਤ ਰਹੇ ਬਿਲਕੁਲ ਤਿੰਨ ਪੀੜੀਆਂ ਇੱਕ ਮੰਜੇ ਦੇ ਉੱਤੇ ਬੰਦ加 ਰਹਿਣ ਤਿੰਨੇ ਪੀੜੀਆਂ ਚੁੱਲ੍ਹੇ ਚੌਕੇ ਤੇ ਇਕੱਠੇ ਰੋਟੀ ਖਾਂਦੇ ਰਹਿਣ ਤੇ ਸਾਰੇ ਰਿਸ਼ਤੇ ਸਲਾਮਤ ਰਹਿਣ ਤੇ ਇੱਕ ਬੇਨਤੀ ਵੀ ਇੱਥੇ ਕਰਦੀ ਐ ਟਾਣਾ ਸਾਹਿਬ ਮੇਰੇ ਨਾਨੀ ਜੀ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅੰਕਲ ਆਂਟੀ ਸਾਰੇ ਹੁੰਦੇ ਨੇ ਅਸੀਂ ਬੱਚਿਆਂ ਨੂੰ ਰਿਸ਼ਤਿਆਂ ਦੀ ਪਛਾਣ ਕਰਾਈਏ ਜੋ ਜਿਹਦੇ ਨਾਲ ਰਿਸ਼ਤਾ ਹੈ ਕੋਈ ਚਾਚਾ ਹੈ ਤਾਇਆ ਹੈ ਪੂਆ ਹੈ ਫੁੱਫੜ ਹੈ ਜੋ ਵੀ ਰਿਸ਼ਤਾ ਤੁਹਾਡਾ ਕਿਸੇ ਨਾਲ ਉਹਨੂੰ ਉਸ ਰਿਸ਼ਤੇ ਦੇ ਨਾਲ ਪੁਕਾਰੋ ਤਾਂ ਹੀ ਰਿਸ਼ਤੇ ਜਿਉਂਦੇ ਰਹਿਣਗੇ ਤਾਂ ਹੀ ਬੱਚਿਆਂ ਨੂੰ ਇਹਨਾਂ ਰਿਸ਼ਤਿਆਂ ਬਾਬਤ ਪਤਾ ਲੱਗਦਾ ਰਹੂਗਾ ਸੋ ਹੁਣ ਆਪਾਂ ਮੇਰੇ ਵਾਲਾ ਚਾਹ ਦਾ ਕਹਿੰਦੇ ਜ਼ਿੰਦਗੀ ਦੇ ਵਿੱਚ ਕੁਝ ਵੀ ਮਹੱਤਵਪੂਰਨ ਹਾਸਲ ਕਰਨ ਦੇ ਲਈ ਤਿੰਨ ਚੀਜ਼ਾਂ ਹਮੇਸ਼ਾ ਯਾਦ ਰੱਖੋ ਕੁਝ ਵੀ ਚੀਜ਼ਾਂ ਮਹੱਤਵਪੂਰਨ ਹਾਸਲ ਕਰਨ ਦੇ ਲਈ ਤਿੰਨ ਗੱਲਾਂ ਹਮੇਸ਼ਾ ਚੇਤੇ ਰੱਖੋ ਪੁੱਠਾ ਹੋ ਗਿਆ ਡਾਣਾ ਸਾਹਿਬ ਜ਼ਿੰਦਗੀ ਦੇ ਵਿੱਚ ਕੁਝ ਵੀ ਮਹੱਤਵਪੂਰਨ ਹਾਸਲ ਕਰਨ ਦੇ ਲਈ ਤਿੰਨ ਚੀਜ਼ਾਂ ਹਮੇਸ਼ਾ ਚੇਤੇ ਰੱਖੋ ਹਮੇਸ਼ਾ ਮਨ ਦੇ ਵਿੱਚ ਵਸਾ ਕੇ ਰੱਖੋ ਇੱਕ ਤਾਂ ਸਖਤ ਮਿਹਨਤ ਦੂਜੀ ਤੁਹਾਡੀ ਦ੍ਰਿੜਤਾ ਤੇ ਤੀਜੀ ਤੁਹਾਡੀ ਸਮਝ ਬਿਲਕੁਲ ਸਹੀ ਗੱਲ ਆ ਜੇ ਤਿੰਨੇ ਹੋਣ ਗਿਆ ਤਾਂ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਤੇ ਸਮਝ ਸਮਝ ਵਰਗੀ ਹੋਣੀ ਜ਼ਰੂਰੀ ਆ ਸਮਝ ਓਵੇਂ ਨਾ ਹੋਵੇ ਵੀ ਇੱਕ ਗੰਦਾ ਸਮਝ ਪਿਆਰੀ ਹੋਣੀ ਚਾਹੀਦੀ ਆ ਇੱਥੇ ਮੇਰਾ ਸਮਝ ਤੋਂ ਭਾਵ ਹੈ ਕਾਮਨ ਸੈਂਸ ਜਿਹੜੀ ਆਮ ਸਮਝ ਉਹ ਹਰ ਇੱਕ ਦੇ ਅੰਦਰ ਜ਼ਰੂਰ ਹੋਣੀ ਚਾਹੀਦੀ ਹੈ। ਸਹੀ ਗੱਲ ਹੈ। ਬਹੁਤੀ ਵਾਰ ਅਸੀਂ ਪੜ੍ਹ ਲਿਖਤਾ ਜਾਂਦੇ ਆਂ ਪਰ ਕਿਤਨਾ ਕਿਤੇ ਉਸ ਕਾਮਨ ਸੈਂਸ ਦੀ ਘਾਟ ਜਿਹੜੀ ਹੈ ਉਹ ਰੜਕਦੀ ਜੀ ਰਹਿੰਦੀ ਹੈ। ਇਹ ਕਾਮਨ ਸੈਂਸ ਦਾ ਹੋਣਾ ਹਰ ਇਨਸਾਨ 'ਚ ਬਹੁਤ ਜ਼ਰੂਰੀ ਹੈ। ਕਾਮਨ ਸੈਂਸ ਦੀ ਪੰਜਾਬੀ ਵੀ ਕਰ ਦਿਓ ਅੱਜ। ਆਮ ਸਮਝ। ਅੱਛਾ। ਜੀ। ਬਹੁਤ ਖੂਬ। ਜੱਜ ਦਾ ਵਿਚਾਰ। ਹਰਮਨਜੀਤ ਮਨਣੇ ਗੱਲ ਇੱਥੇ ਆ ਗਈ ਵੀ ਸ਼ਕਤ ਹੈ ਨਾ ਜਿਹੜਾ ਉਹ ਜਦੋਂ ਕਿਸੇ ਦੇ ਦਿਲੋ ਦਿਮਾਗ ਦੇ ਵਿੱਚ ਵੜ ਜੇ ਫਿਰ ਇਹ ਨਿਕਲਦਾ ਦੀ। ਬਿਲਕੁਲ। ਇਹ ਜਦੋਂ ਇੱਕ ਵਾਰੀ ਦਿਮਾਗ ਦੇ ਵਿੱਚ ਵੜ ਗਿਆ ਤੇ ਫਿਰ ਖਤਮ। ਹੂੰ ਦੂਜੇ ਬੰਦੇ ਦਾ ਕੋਈ ਨੁਕਸਾਨ ਹੋਵੇ ਨਾ ਹੋਵੇ ਪਰ ਜ਼ਹਿਨੀ ਤੌਰ ਦੇ ਉੱਤੇ ਉਹ ਬੰਦਾ ਖੋਖਲਾ ਹੋ ਜਾਂਦਾ ਜਿਹਨੂੰ ਸ਼ੱਕ ਮਹਿਸੂਸ ਹੋਣ ਲੱਗ ਜੇ ਵੀ ਉਹ ਤਾਂ ਬੰਦਾ ਐ ਮੇਰਾ ਭਰਾ ਐ ਮੇਰੇ ਦੋਸਤ ਐ ਮੇਰਾ ਕੰਮ ਕਰਨ ਵਾਲਾ ਐ ਮੇਰੀ ਘਰ ਵਾਲੀ ਐ ਜਾਂ ਘਰ ਵਾਲੀ ਸੋਚੇ ਮੇਰੇ ਘਰ ਵਾਲਾ ਐ ਉਹ ਜਿਹੜਾ ਦਿਮਾਗ ਦੇ ਵਿੱਚ ਉਹ ਗੱਲ ਪੈ ਗਈ ਨਾ ਉਹ ਕੀੜਾ ਫਿਰ ਟਿਕਦਾ ਨਹੀਂਗਾ ਤੇ ਇਹ ਬੰਦੇ ਨੂੰ ਕੋਈ ਹੋਰ ਕੰਮ ਹੀ ਨਹੀਂ ਕਰਨ ਦਾ ਮੈਂ ਇੱਧਰ ਨੀਗਾ ਰੱਖ ਲਾਂ ਮੈਂ ਇੱਧਰ ਨੀਗਾ ਰੱਖ ਲਾਂ ਤੇ ਹੁੰਦਾ ਕੱਖ ਨਹੀਂ ਨੁਕਸਾਨ ਆਪਦਾ ਹੀ ਹੁੰਦਾ ਜੀ ਉਹ ਜਿਵੇਂ ਸਿਆਣੇ ਕਹਿੰਦੇ ਨਾ ਵੀ ਤੌੜੀ ਉਬਲੇ ਤਾਂ ਆਪਾਂ ਹੀ ਸੜਦੀ ਏ ਨਾ ਕਿਸੇ ਦਾ ਕੁਝ ਵਿਗਾੜਦੀ ਏ ਉਹ ਬੰਦੇ ਆਪੇ ਉਬਲੋ ਬਲ ਕੇ ਜਿਹੜਾ ਦੁੱਧ ਆ ਹੂੰ ਜਦੋਂ ਉਹ ਸੜਦਾ ਉਬਲਦਾ ਜਦੋਂ ਬਾਹਰ ਨਿਕਲਦਾ ਤੇ ਤੌੜੀ ਥੱਲੇ ਤਾਂ ਮਾਰਨੀ ਹੁਲਾਰਾ ਤੇ ਸੜਦੇ ਤਾਂ ਉਹਦੇ ਕੰਨੇ ਹੀ ਆ ਨਾ ਉਹਦੇ ਕੰਨੇ ਤੇ ਹੋਰ ਕਿਸੇ ਦਾ ਕੀ ਵਿਗੜਦਾ ਹੁਣ ਦੇਖੋ ਗੱਲ ਇਹ ਆ ਵੀ ਕਹਿੰਦੇ ਵੀ ਇੱਕ ਵਾਰੀ ਨਾ ਹੂੰ ਇੱਕ ਬੰਦੇ ਦੀ ਮੌਤ ਹੋ ਗਈ ਅੱਛਾ ਜੀ ਘਰ ਵਾਲੀ ਬੜੀ ਦੁਖੀ ਹੂੰ ਪਰ ਅੰਦਰੋਂ ਸ਼ੱਕੀ ਵੀ ਬਹੁਤ ਸੀਗੀ ਹੂੰ ਉਹਨੂੰ ਕਈ ਤਰ੍ਹਾਂ ਦੇ ਸ਼ੱਕ ਸੀ ਵੀ ਭਾਈ ਮੇਰੇ ਵਾਲਾ ਬੰਦਾ ਜਿਹੜਾ ਉਹ ਇੱਧਰ ਵੀ ਜਾਂਦਾ ਐਵੇਂ ਵੀ ਕਰਦਾ ਉਹਦੇ ਨਾਲ ਸਸਰੀਕਾਲ ਕਰਦਾ ਉਹਨੂੰ ਹੈਲੋ ਹਾਈ ਕਹਿੰਨਾਂ ਉਹਨੂੰ ਟਾਟਾ ਕਹਿ ਕੇ ਜਾਂਦਾ ਉਹਨੂੰ ਬਾਏ ਬਾਏ ਕਹਿ ਕੇ ਜਾਂਦਾ ਉਹਨੂੰ ਦਿਲ ਚ ਵਸਾਈ ਫਿਰਦਾ ਚੰਦਰਾਬੈਨ ਨੂੰ ਮੋਹ ਨਹੀਂ ਕਰਦਾਗਾ ਇਹਨੇ ਤਾਂ ਮੇਰੀ ਪਿੱਠ ਤੇ ਛੁਰੇ ਮਾਰੇ ਆ ਆਹੇ ਸਾਡੀ ਪਿੱਠ ਤੇ ਜਿੰਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾਂ ਨੇ ਬਿਲਕੁਲ ਤੇ ਉਹ ਬੰਦੇ ਦੀ ਜਦੋਂ ਮੌਤ ਹੋ ਗਈ ਨਾ ਤੇ ਸਰਦ ਦਾ ਵੇਲਾ ਹੂੰ ਤੇ ਉਹਨੇ ਚੌਲ ਤੇ ਪੂੜੀਆਂ ਤੇ ਹਲਵਾ ਬਣਾ ਕੇ ਨਾ ਤੇ ਛੱਤ ਤੇ ਰੱਖਿਆ ਵੀ ਭਾਈ ਇੱਥੇ ਆਉਣਗੇ ਕਾ ਆਉਣਗੇ ਝਿੜੀਆਂ ਜਨ ਹੋ ਰਹਿਣਗੇ ਤੇ ਗੱਲ ਬਣ ਜੋ ਲਓ ਜੀ ਉਹਦੇ ਰਖਤਾ ਇਦਾਂ ਕਰਕੇ ਲੂਣਾ ਜਾ ਤੇ ਇੱਕ ਕਾਂ ਹੈ ਹੂੰ ਤੋ ਵੇਖ ਕੇ ਜਿਆ ਕਰ ਆ ਆ ਕਰਦਾ ਤੁਰ ਗਿਆ ਉਹਨੇ ਕੁਛ ਖਾਦਾ ਹੀ ਨਾ ਅੱਛਾ ਜੀ ਉਹਨੇ ਪੂਰੀ ਬਦਲ ਕੇ ਰੱਖਤੀ ਹਾਂ ਵੀ ਸ਼ਾਇਦ ਇਹ ਖਾ ਲਵੇ ਉਹ ਫਿਰ ਇੰਜ ਇੰਜ ਕਰਦਾ ਆਇਆ ਆ ਆ ਫਿਰ ਗਿਆ ਤੇ ਜਲ ਗਿਆ ਫਿਰ ਉਹਨੇ ਹਲਵੇ ਦੀ ਕੌਲੀ ਬਦਲ ਕੇ ਰੱਖਤੀ ਅੱਛਾ ਜੀ ਇਹ ਭਾਈ ਸ਼ਾਇਦ ਆ ਖਾ ਲੇ ਲਓ ਜੀ ਆ ਆ ਕਰਦਾ ਫਿਰ ਚਲਾ ਗਿਆ ਉਹ ਲਓ ਜੀ ਉਹਦੇ ਮਨ ਦੇ ਵਿੱਚ ਆ ਗਿਆ ਵੀ ਪਤਾ ਨਹੀਂ ਕਿਉਂ ਨਹੀਂ ਖਾਂਦਾ ਇਨੇ ਚਿਰ ਨੂੰ ਗਵਾਂਢਣ ਛੱਤ ਤੇ ਆਈ ਉਹਨੇ ਲਿਆ ਕੇ ਹਲਵੇ ਦੀ ਕੌਲੀ ਆ ਜਿਹੜੀ ਉਹ ਰੱਖੀ ਉੱਥੇ ਤੇ ਤਾਂ ਪਟੱਕੜ ਨੇ ਖਾ ਲਈ ਕਹਿੰਦੀ ਚੰਦਰਾ ਉੱਤੇ ਜਾ ਕੇ ਵੀ ਗੰਦ ਪਾਉਣੋਂ ਨਹੀਂ ਹਟਦਾ ਇਹਦੇ ਪਿੱਛੇ ਹੀ ਤਾਂ ਲੜਾਈ ਸੀ ਹੁਣ ਵੀ ਇਹਦੇ ਰਾਹੀ ਇਹਦੀਆਂ ਚੀਜ਼ਾਂ ਹੀ ਖਾਂਦਾ ਹਾਂ ਚਲੋ ਖੈਰ ਆਪਾਂ ਇਹਨਾਂ ਗੱਲਾਂ ਤੋਂ ਅੱਗੇ ਵਧਦੇ ਹਾਂ ਇਹ ਉੱਤੇ ਜਾ ਕੇ ਦੁਸਰਿਆ ਹਾਂ ਗੰਦ ਉਹ ਵੀ ਪਾਉਂਦਾ ਜੀ ਤੇ ਆਪਾਂ ਹੁਣ ਮੰਤਰੀ ਸਾਹਿਬ ਦੀ ਗੱਲ ਕਰ ਲਈਏ ਬਾਕੀ ਸਾਰੇ ਹਾਸੇ ਠਟੇ ਇੱਕ ਪਾਸੇ ਪਰ ਹੁਣ ਆਪਾਂ ਗੱਲ ਕਰਦੇ ਆ ਮੰਤਰੀ ਹਰਜੋਤ ਪੈਂਸ ਹੋਰਾਂ ਦੀ ਬਹੁਤ ਗੁੱਸੇ ਵਿੱਚ ਨੇ ਗੁੱਸੇ 'ਚ ਆ ਗਏ ਉਹ ਉਹਨਾਂ ਨੇ ਲੀਬੀਆ ਦੇ ਵਿੱਚ ਫਸੇ ਹੋਏ ਜਿਹੜੇ ਪੰਜਾਬੀ ਆ ਉਹਨਾਂ ਨੇ ਬਾਰੇ ਇੱਕ ਪੋਸਟ ਪਾਈ ਸੀ ਉਹਨਾਂ ਨੇ ਕਿਹਾ ਜੀ ਕਿ ਅਸੀਂ ਸਾਰਿਆਂ ਦੇ ਸੰਪਰਕ ਦੇ ਵਿੱਚ ਉਹਨਾਂ ਦੇ ਵਾਸਤੇ ਭੋਜਨ ਤੇ ਪੈਸੇ ਦਾ ਪ੍ਰਬੰਧ ਕਰ ਰਹੇ ਆ ਉਹਨਾਂ ਨੇ ਇੱਕ ਪੋਸਟ ਪਾਈ ਉਸ ਪੋਸਟ ਦੇ ਥੱਲੇ ਇੱਕ ਕੰਪਿਊਟਰ ਅਧਿਆਪਕ ਨੇ ਟਿੱਪਣੀ ਕਰਤੀ ਇੱਕ ਮਿੰਟ ਕਰਤਾ ਉਹਦੇ ਵਿੱਚ ਉਹਨੇ ਲਿਖਿਆ ਵੀ ਭਾਈ ਸਾਡਾ ਵੀ ਸਕੂਲਾਂ ਨੂੰ ਡਿਜੀਟਲ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਹੂੰ ਕਦੇ ਸਾਡੇ ਬਾਰੇ ਵੀ ਖਿਆਲ ਕਰੋ। ਸਾਡੀਆਂ ਕਦੇ ਨਹੀਂ ਮੰਗਾ ਬੰਨੀਆਂ ਗਈਆਂ। ਸਾਡੇ ਹੱਕ ਸਾਨੂੰ ਦਿਓ। ਸਾਡੇ ਹੱਕ ਸਾਨੂੰ ਦਿਓ ਤੇ ਇਸ ਗੱਲ ਦੇ ਉੱਤੇ ਕਦੇ ਬੈਂਸ ਸਾਹਿਬ ਬੜੇ ਭੜਕੇ। ਉਹਨਾਂ ਨੇ ਥੱਲੇ ਮੋਟੀ ਤਾਜੀ ਇੱਕ ਲਿਖੀ ਪੋਸਟ। ਉਹ ਕਹਿੰਦੇ ਵੀ ਨੌਨਸੈਂਸ ਕ੍ਰੀਏਟ ਕਰਨਾ ਤੁਹਾਡਾ ਕਮੀ ਹੁੰਦਾ। ਹੂੰ ਇਹ ਕੀ ਬੇਸ਼ਰਮੀ ਵਾਲੀ ਗੱਲ ਹੈ ਤਾਂ। ਹੂੰ ਗੱਲ ਕਿਹੜੀ ਹੋ ਰਹੀ ਆ? ਤੇ ਤੁਸੀਂ ਟਿੱਪਣੀ ਕਿਹੋ ਜੀ ਕਰਦੇ ਆ ਜੀ ਉਹਨਾਂ ਨੇ ਕਿਹਾ ਵੀ ਜਿਹੜੀ ਮੈਂ ਪੋਸਟ ਪਾਈ ਹੈ ਜੋ ਮੈਂ ਲਿਖਿਆ ਹੈ ਉਹਦੀ ਸੈਂਸਿਟੀਵਿਟੀ ਨੂੰ ਸਮਝੋ ਉਸ ਪੋਸਟ ਨੂੰ ਸਮਝ ਕੇ ਫਿਰ ਪ੍ਰਤੀਕਿਰਿਆ ਦਿਓ ਬਿਲਕੁਲ ਜੀ ਤੇ ਉਹ ਕਹਿੰਦੇ ਵੀ ਜਿਹੜੀ ਗੱਲ ਕਰਨੀ ਤੁਸੀਂ ਵਿਭਾਗਮੇ ਨਾਲ ਸੰਬੰਧਤ ਆਪਦੀਆਂ ਮੰਗਾਂ ਨਾਲ ਸੰਬੰਧਤ ਮੇਰੇ ਨਾਲ ਈਮੇਲ ਤੇ ਕਰੋ ਇਹ ਥੋੜੀ ਵੀ ਗੱਲ ਕੋਈ ਹੋਰ ਚੱਲਦੀ ਵਿੱਚ ਹੋਰ ਢੁੱਟਣ ਡਰ ਗਏ ਤੇ ਫਿਰ ਕੰਪਿਊਟਰ ਅਧਿਆਪਕਾਂ ਨੇ ਵੀ ਇਹ ਗੱਲ ਕਹੀ ਹੈ ਵੀ ਆਪ ਜੀ ਨੇ ਕਿਹੜਾ ਸਾਡੀਆਂ ਕਦੇ ਮੰਗਾ ਮੰਨੀਆਂ ਲੰਮੇ ਸਮੇਂ ਤੋਂ ਲੰਮੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਜਦੋਂ ਬਾਕੀ ਵਕ ਵਕ ਸੂਬੇ ਦੇ ਵਿੱਚ ਟੋਣਾ ਸੀ ਉਦੋਂ ਤੁਸੀਂ ਵਾਅਦੇ ਕਰ ਲਏ ਤੁਹਾਡੀ ਸਰਕਾਰ ਨੇ ਵਾਅਦੇ ਕਰ ਲਏ ਪਰ ਸਾਡੇ ਨਾਲ ਕੀਤਾ ਵਾਅਦਾ ਤਾਂ ਇੱਕ ਵੀ ਨਹੀਂ ਪੂਰਾ ਕੀਤਾ ਸੋ ਉਹਨਾਂ ਨੇ ਭਾਈ ਆਪਣਾ ਪੱਖ ਰੱਖਿਆ ਤੇ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਵੀ ਜਦੋਂ ਮੈਂ ਗੱਲ ਕਰਦਾ ਹੋਵਾਂ ਤਾਂ ਉਹਦੇ ਵਿੱਚ ਉਹੋ ਹੀ ਗੱਲ ਕਰਨੀ ਚਾਹੀਦੀ ਆ ਟਿੱਪਣੀ ਉਹੋ ਜਿਹੀ ਕਰੋ ਦੇਖੋ ਗੱਲ ਇਹ ਹੈ ਟਾਣਾ ਸਾਹਿਬ ਮੈਨੂੰ ਇਹ ਲੱਗਦਾ ਪਹਿਲੀ ਚੀਜ਼ ਤਾਂ ਇਹ ਹੈ ਕਿ ਜੋ ਵੀ ਅਧਿਆਪਕਾਂ ਦੇ ਹੱਕ ਨੇ ਕੱਲੇ ਕੰਪਿਊਟਰ ਦੇ ਆਧ ਕਾ ਨੀ ਗੱਲ ਨਹੀਂ ਮੈਂ ਕਰ ਰਹੀ ਸਭ ਦੇ ਜਿਹੜੇ ਜਿਹੜੇ ਵੀ ਮਹਿਕਮੇ ਦੇ ਵਿੱਚ ਲੋਕ ਆ ਸਭ ਦੇ ਹੱਕ ਉਹਨਾਂ ਨੂੰ ਮਿਲਣੇ ਚਾਹੀਦੇ ਆ ਆਮ ਲੋਕਾਂ ਦੇ ਹੱਕ ਵੀ ਉਹਨਾਂ ਨੂੰ ਜ਼ਰੂਰ ਮਿਲਣੇ ਚਾਹੀਦੇ ਨੇ ਲੋਕਾਂ ਨੇ ਸਰਕਾਰਾਂ ਇਸੇ ਲਈ ਬਣਾਈਆਂ ਨੇ ਕਿ ਉਹ ਉਹਨਾਂ ਦੇ ਕੰਮ ਕਰਨ ਉਹ ਉਹਨਾਂ ਦੇ ਹੱਕ ਉਹਨਾਂ ਤੱਕ ਪਹੁੰਚਦੇ ਕਰਨ ਹਨਾ ਪਰ ਦੂਸਰੇ ਪਾਸੇ ਇਹਦਾ ਇੱਕ ਪਹਿਲੂ ਇਹ ਵੀ ਹੈ ਜਨਾਬ ਸਾਬ ਬਹੁਤੀ ਵਾਰ ਕੱਲੇ ਮੈਂ ਇਸ ਟਵੀਟ ਦੀ ਗੱਲ ਨਹੀਂ ਕਰ ਰਹੀ ਬਹੁਤੀ ਵਾਰ ਇਹ ਹੁੰਦਾ ਕਿ ਗੱਲ ਕੋਈ ਚੱਲ ਰਹੀ ਹੁੰਦੀ ਹੈ ਕਈ ਵਾਰ ਕਈ ਬਹੁਤ ਜ਼ਿਆਦਾ ਕਹਿ ਲਓ ਵੀ ਕੋਈ ਨਾ ਸੀਰੀਅਸ ਮੁੱਦਾ ਜਿਹੜਾ ਹੈ ਗੰਭੀਰ ਮੁੱਦਾ ਜਿਹੜਾ ਉਹਦੇ ਉੱਪਰ ਵਿਚਾਰ ਚਰਚਾ ਹੋ ਰਹੀ ਹੁੰਦੀ ਹੈ ਕੋਈ ਵੀ ਗੰਭੀਰ ਮੁੱਦੇ ਦੇ ਬਾਬਤ ਕਿਸੇ ਨੇ ਕੁਝ ਲਿਖਿਆ ਹੁੰਦਾ ਹੈ ਤੇ ਉਹਦੇ ਥੱਲੇ ਲੋਕ ਕੁਝ ਹੋਰ ਹੀ ਪ੍ਰਤੀਕਿਰਿਆ ਦੇਣ ਲੱਗ ਜਾਂਦੇ ਹਨਾ ਸੋ ਬੇਨਤੀ ਹੈ ਕਿ ਜਿਹੜਾ ਵੀ ਮੁੱਦਾ ਹੋਵੇ ਉਹਦੇ ਬਾਬਤ ਜ਼ਰੂਰ ਟਿੱਪਣੀ ਕਰੋ ਔਰ ਉਹ ਵੀ ਸભ્યਕ ਸ਼ਬਦਾਂ ਦੇ ਨਾਲ ਜ਼ਰੂਰ ਕਰੋ ਪਰ ਜੇ ਮੁੱਦਾ ਕੁਝ ਹੋਰ ਆ ਆਪਾਂ ਕੁਝ ਹੋਰ ਕਹੀ ਜਾਂਦੇ ਤਾਂ ਫਿਰ ਗੱਲ ਦੀ ਉਹ अहमियत ਨਹੀਂ ਰਹਿੰਦੀ ਬਿਲਕੁਲ ਸਹੀ ਗੱਲ ਹੈਨਾ ਸੋ ਬਾਕੀ ਗੱਲ ਇਹ ਹੈ ਕਿ ਜ਼ਰੂਰ ਜਿੰਨੇ ਵੀ ਲੋਕ ਨੇ ਉਹਨਾਂ ਦੇ ਹੱਕ ਉਹਨਾਂ ਤੱਕ ਪਹੁੰਚਦੇ ਕਰਨਾ ਸਰਕਾਰਾਂ ਦਾ ਕੰਮ ਹੈ ਜ਼ਰੂਰ ਹੋਣਾ ਚਾਹੀਦਾ ਚੰਚ ਦਾ ਵਿਚਾਰ ਹਰਮਨਜੀਤ ਰੇਤ ਦੀ ਸਮੱਸਿਆ ਖਤਮ ਹੋ ਜਾਣੀ ਹੈ ਅੱਛਾ ਜੀ ਤੁਸੀਂ ਟਰਾਲੀ ਭਰਨੀ ਆ ਅੱਛਾ ਜੀ ਮੈਂ ਆਪ ਭਰਨੀ ਕਈ ਦਿਨਾਂ ਅੱਛਾ ਜੀ ਆਪ ਭਰ ਕੇ ਤੁਸੀਂ ਟਰੈਕਟਰ ਆਪ ਦਾ ਚਲਾ ਕੇ ਲੈ ਹੋਣਾ ਕਰੇ ਅੱਛਾ ਜੀ ਤੇ ਕੋਈ ਸਮੱਸਿਆ ਟਿੱਪਰ ਨਹੀਂ ਲੈ ਕੇ ਜਾਣਾ ਹਾਂ ਇਹ ਨਾ ਹੋਵੇ ਜੀ ਸੀ ਬੀ ਚੱਕ ਕੇ ਤੁਰਪੋਂ ਟਾਣਾ ਸਾਹਿਬ ਪਹਿਲੀ ਗੱਲ ਤਾਂ ਇਹ ਮੈਨੂੰ ਰੇਤਾ ਚਾਹੀਦੀ ਨਹੀਂ ਆ ਜੇ ਕਦੇ ਚਾਹੀਦੀ ਹੋਵੇ ਤਾਂ ਮੈਨੂੰ ਤਾਂ ਰੇਤਾ ਮਾੜੀ ਮੋੜ ਚਾਹੀਦੀ ਹੁੰਦੀ ਕਈ ਵਾਰ ਭਾਂਡੇ ਮਾਂਜਣ ਨੂੰ ਅੱਛਾ ਲਿਸ਼ਕ ਜਾਂਦੇ ਨੇ ਬਿਲਕੁਲ ਸਾਫ ਹੁਣ ਤੁਹਾਡੇ ਲਈ ਭਾਂਡਿਆਂ ਵਾਸਤੇ ਵੱਖਰੀ ਸਸਤੀ ਕਰ ਗਏ ਹਨ ਚਾਹੀਦੀ ਆ ਫਿਰ ਬੀਬੀਆਂ ਭੈਣਾਂ ਦੀ ਸਮੱਸਿਆ ਹੀ ਬਹੁਤ ਹੈ ਗੰਭੀਰ ਆ ਤੁਸੀਂ ਵੇਖੋ ਉਹਨਾਂ ਦੀ ਕੋਈ ਸਾਰੀ ਨਹੀਂ ਲੈ ਰਿਆ ਕੋਈ ਸੋਹਣੀ ਨਹੀਂ ਰਿਆ ਬੜੇ ਤੁਸੀਂ ਕਹਿੰਦੇ ਲੀਂਗਾ 5000 ਰੁਪਿਆ ਮਹੀਨਾ ਦੇਓ ਉਹ ਵੀ ਮੈਂ ਕਹਿਣ ਲੱਗੀ ਸੀ ਨਾ ਤੇ ਦੇ ਕਹਿੰਦੇ ਸਾਨੂੰ ਰੇਤਾ ਵੱਖਰਾ ਦਿਓ ਹੁਣ ਤੁਹਾਨੂੰ ਅਗਲੀ ਚੋਣਾ ਦੇ ਵਿੱਚ ਕਹਿਣਗੇ ਵੀ ਇੱਕ ਇੱਕ ਬੋਰੀ ਹਰ ਮਹੀਨੇ ਰੇਤੇ ਦੀ ਪਹੁੰਚਾਇਆ ਕਰਾਂਗੇ ਨਹੀਂ ਨਾ ਸਾਨੂੰ ਤੁਸੀਂ 1000 ਰੁਪਿਆ ਦਿੱਤਾ ਨਾ ਤੁਸੀਂ ਰੇਤਾ ਦੇ ਰਹੇ ਹੋ ਔਰ ਤਾਂ ਨਾ ਮੁਫਤ ਦੇ ਵਿੱਚ ਸਫ਼ਰ ਕੀਤਾ ਸਰਕਾਰੀ ਬੱਸਾਂ ਦੇ ਵਿੱਚ ਤੇ 90 ਪੈਸੇ ਡੀਜ਼ਲ ਤੇ ਪੈਟਰੋਲ ਦੀ ਕੀਮਤ ਵਧ ਗਈ ਵਧ ਗਈ ਤੇ ਕੋਈ ਚੀਜ਼ ਮੁਫਤ ਨਹੀਂ ਹੁੰਦੀ ਕੰਨ ਇਧਰੋਂ ਫੜਨੋ ਜਾਂ ਇਧਰੋਂ ਫੜਨੋ ਫੜਿਆ ਤੁਹਾਡੇ ਵਾਲਾ ਕੰਨ ਹੀ ਜਾਣਾ ਇਹ ਵਹਿਮ ਹੀ ਹੁੰਦਾ ਲੋਕਾਂ ਨੂੰ ਕਿ ਸਾਨੂੰ ਇਹ ਮੁਫਤ ਦੇ ਵਿੱਚ ਸਾਨੂੰ ਚੀਜ਼ ਮੁਫਤ ਮਿਲ ਗਈ ਮਿਲੀ ਕਿਉਂ ਹਾਂ ਆਪ ਨਾ ਕਰਨੀ ਵੀ ਸਿੱਖੀਏ ਸਾਨੂੰ ਨਹੀਂ ਚਾਹੀਦੇ ਨੇ ਸਾਡੀ ਜੁੱਤੀ ਸਾਡਾ ਹੀ ਸਿਰ ਹੈ ਇਹ ਬਸ ਆਪਾਂ ਨੂੰ ਲੱਗਦਾ ਹੀ ਹੁੰਦਾ ਵੀ ਇਹ ਫਾਇਦਾ ਹੋ ਗਿਆ ਹਰ ਇੱਕ ਚੀਜ਼ ਦੀ ਕੀਮਤ ਚੁਗਾਉਣੇ ਤੇ ਤੁਸੀਂ ਇੱਕ ਦੌਰ ਕਰਕੇ ਦੇਖੋ ਵੀ ਜੇਕਰ ਤੁਹਾਡੇ ਸਿਰ 5 7 10 ਲੱਖ ਰੁਪਈਆ ਦਾ ਮੇਰੇ ਸਿਰ ਕਰਜ਼ਾ ਹੋਵੇ ਤੇ ਮੈਂ ਕਿਸੇ ਨੂੰ ਕੀ ਵੰਡ ਸਕੂੰਗਾ ਜੀ ਤੇ ਜੇ ਮੈਂ ਵੰਡੂੰਗਾ ਤਾਂ ਮੈਂ ਇਸ ਕਰਕੇ ਵੰਡੂੰਗਾ ਵੀ ਭਾਈ ਮੈਨੂੰ ਤੁਹਾਡੇ ਤਾਂ ਕੋਈ ਗਾਉਂ ਆ ਤੁਹਾਡੇ ਤਾਂ ਕੋਈ ਗਰਜ ਹੈਗੀ ਆ ਜੀ ਕੋਈ ਫਾਇਦਾ ਨਹੀਂ ਤਾਂ ਕੋਈ ਨਹੀਂ ਦਿੰਦਾ ਹਮ ਗੱਲ ਇਹ ਆ ਤੇ ਪੰਜਾਬ ਦੀ ਸਥਿਤੀ ਆਰਥਿਕ ਪੱਖੋਂ ਅੱਜ ਇਹੀ ਆ ਮੁਫਤ ਦੇ ਵਿੱਚ ਕੋਈ ਸਰਕਾਰ ਕੁਝ ਨਹੀਂ ਦਿੰਦੀ ਇਦਰਲੇ ਪਾਸੇ ਦੀ ਇੱਕ ਤੇ ਸਸਤੀ ਤੇ ਇਦਰਲੇ ਪਾਸੇ ਦੀ ਮਹਿੰਗੀ ਕਰਦੀ ਇਹ ਸਸਤੀ ਕਰਦੀ ਤਾਂ ਉਹ ਮਹਿੰਗੀ ਕਰਦੀ ਇਹ ਸਾਡੀ ਪਹਿਣੀਆਂ ਸਾਡੀਆਂ ਜੁੱਤੀਆਂ ਬਿਲਕੁਲ ਸਹੀ ਗੱਲ ਐ ਤੇ ਆਪਾਂ ਤਾਂ ਗੱਲ ਕਰ ਰਹੇ ਸੀ ਰੇਤੇ ਦੀ ਰੇਤਾ ਪੰਜਾਬ ਦੇ ਵਿੱਚ ਸਸਤਾ ਹੋ ਗਿਆ ਕਹਿੰਦੇ ਵੀ 5.5 ਰੁਪਏ ਫੁੱਟ ਮਿਲੂਗਾ ਟਰਾਲੀ ਲੈ ਕੇ ਜਾਓ ਟਰੈਕਟਰ ਲੈ ਕੇ ਜਾਓ ਆਪ ਦਾ ਬੰਦੇ ਨਾਲ ਲੈ ਕੇ ਜਾਓ ਚਾਰ ਰਕੋਲ ਵਿੱਚ ਕਈਆਂ ਉੱਥੇ ਜਾ ਕੇ ਆਪ ਭਰਨੀ ਆ ਅੱਛਾ ਚਾਰ ਹੀ ਕਈਆਂ ਰੱਖਣੇ ਨੇ ਬੰਦੇ ਤਿੰਨ ਹੁਣ ਚਾਰਾਂ ਅਰਗੇ ਬੰਦੇ ਹੁਣ ਤਿੰਨੇ ਅੱਛਾ ਜੀ ਫੇਰ ਠੀਕ ਛੇਤੀ ਵੀ ਭਰਨੀ ਆ ਨਾ ਤੁਸੀਂ ਉੱਥੇ ਲਾ ਕੇ ਖੜ੍ਹਜੋ ਤੇ ਫੋਨ ਤੇ ਗੱਲਾਂ ਕਰਨ ਲੱਗ ਜ ਵੀ ਹੋਰ ਕਿਵੇਂ ਪੂਆ ਠੀਕ ਕਟਾ ਕਿਵੇਂ ਆ ਹੋਰ ਕਿਤਨਾ ਟਰਾਲੀ ਭਰਨੀ ਗੱਲ ਸਹੀ ਹੈ ਛੇਤੀ ਛੇਤੀ ਭਰ ਕੇ ਵੀ ਆਉਣਾ ਉਧਰ ਮਿਸਤਰੀ ਦੀ ਕੀ ਜਾਂਦਾ ਹੋਵੇ ਹਾਂਜੀ ਉਸੀ ਦਿਹਾੜੀ ਉਦੋਂ ਹੀ ਖਰਾਬ ਹੋਈ ਉਹਦੀ ਦਿਹਾੜੀ ਉਹ ਬੈਠਾ ਟੌਰ ਨਾਲ ਉਧਰ ਜਿਹੜੇ ਸਰਪ੍ਰਾਸੀ ਮਜ਼ਦੂਰ ਆਉਣ ਬਾਬੂ ਜੀ ਆਏ ਨਹੀਂ ਹੋਣ ਚਾਹ ਜਰਦਾ ਹੀ ਮੜ ਲਗੇ ਬਿਲਕੁਲ ਸਹੀ ਹੈ ਇਸ ਲਈ ਫਟਾਫਟ ਜਾਣਾ ਸਮੇਂ ਸਿਰ ਜਾਣਾ ਤੇ ਫਟਾਫਟ ਵਾਪਸ ਵੀ ਆਉਣਾ ਬਿਲਕੁਲ ਤੇ ਉਹ ਕਹਿੰਦੇ ਵੀ ਨਾ ਤਾਂ ਕੋਈ ਵਿਚਾਲੇ ਵਿਚੋਲਾ ਹੋਊਗਾ ਨਾ ਇਹਦੇ ਵਿੱਚ ਕਿਸੇ ਨੂੰ ਗੁੰਡਾ ਟੈਕਸ ਦੇਣਾ ਨਾ ਕੋਈ ਤੁਹਾਡੀ ਹੋਰ ਪਰਚੀ ਲੱਗਣੀ ਆ ਬਸ ਰੇਤਾ ਤੁਸੀਂ ਆਪਦਾ ਲੈ ਕੇ ਆਓ ਹੂੰ ਤੇ ਟਣ ਟਣ ਅੱਛਾ ਉਹ ਕਦੇ ਮਹਿੰਗਾ ਨਹੀਂ ਰੇਤ ਹੁਣ ਤੇ ਲੋਕਾਂ ਦੇ ਫਿਰ ਉਲਾਂਬੇ ਮੁੱਕ ਗਏ ਨਹੀਂ ਲੋਕਾਂ ਦੇ ਲਾਂਬੇ ਆਉਂਦਾ ਸਮਾਂ ਲੱਗੂਗਾ ਜਦੋਂ ਇਹ ਰੇਤ ਮਿਲਣ ਲੱਗ ਪਈ ਲੋਕ ਜਦੋਂ ਰੇਤ ਲੈਣ ਜਾਣਗੇ ਲੈ ਕੇ ਜਦੋਂ ਘਰ ਦੇ ਵਿੱਚ ਆਉਣਗੇ ਫਿਰ ਲੋਕ ਤੁਲਨਾ ਕਰਨਗੇ ਵੀ ਪਹਿਲਾਂ ਭਾਈ ਸਾਨੂੰ ਟਰਾਲੀ ਮਿਲਦੀ ਸੀ ਐਨੇ ਦੀ ਕਾਂਗਰਸ ਦੇ ਰਾਜ ਦੇ ਵਿੱਚ ਸੀ ਐਨੇ ਦੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪਹਿਲੇ 10 ਮਹੀਨੇ ਦੇ ਵਿੱਚ ਟਰਾਲੀ ਮਿਲੀ ਐਨੇ ਦੀ ਤੇ ਅੱਜ ਕੱਲ ਮਿਲ ਰਹੀ ਹੈ ਐਨੇ ਦੀ ਬਿਲਕੁਲ ਸਹੀ ਜਦੋਂ ਲੋਕ ਲੈ ਕੇ ਆਉਣਗੇ ਢੇਰੀ ਆਪਦੇ ਘਰ ਦੇ ਵਿੱਚ ਲਾਉਣਗੇ ਤੇ ਫੇਰ ਉਹ ਫੇਸਬੁਕ ਤੇ ਵੀਡੀਓ ਬਣਾ ਕੇ ਪਾਉਣਗੇ ਵੀ ਭਾਈ ਅਸੀਂ ਫੀਲ ਗੁੱਡ ਕਰਦੇ ਆ ਕਿ ਨਹੀਂ ਕਿ ਬੈਡ ਕਰਦੇ ਆ yes ਹਾਂ ਬਿਲਕੁਲ ਅੰਗਰੇਜ਼ੀ ਦੇ ਵਿੱਚ ਪਰ ਭਗਵਾਨ ਤੁਮਨ ਹੋਰਾਂ ਨੇ ਗੱਲ ਕਹੀ ਆ ਵੀ ਅਸੀਂ ਜੋ ਵਾਦਾ ਕੀਤਾ ਸੀ ਸੀ ਪੂਰਾ ਕਰਤਾ ਅਸੀਂ ਵਾਦੇ ਪੂਰੇ ਕਰੀ ਜਾਣੇ ਆ ਵਧੀਆ ਗੱਲ ਆ ਤੇ ਇੱਕ ਬੇਨਤੀ ਹੋਰ ਆ ਜਿਹੜਾ ਟਰਾਲੀਆਂ ਪਰ ਪਰ ਕਿ ਲਿਆਉਂਦੇ ਆ ਜਾਂ ਲਿਆਉਣਗੇ ਵੀ ਭਾਈ ਟਰਾਲੀ ਦੇ ਉੱਤੇ ਬੋਰੀ ਪਾ ਲਿਆ ਕਰੋ ਪੱਲੀ ਪਾ ਲਿਆ ਕਰੋ ਪਰ ਪੈਰ ਪਾ ਲਿਆ ਕਰੋ ਕਿਸੇ ਦਾ ਕੋਈ ਕਸੂਰ ਨਹੀਂਗਾ ਤੁਹਾਡਾ ਘਰ ਬਣਦਾ ਦੂਜੇ ਦੇਲੇ ਕਾ ਤੋਂ ਕੱਢਣੇ ਆਪਾਂ ਤੁਸੀਂ ਬਣਾਓ ਕੋਠੀਆਂ ਬਣਾਓ ਮਹਿਲ ਮਹਿਲ ਬਣਾਓ ਹਾਂ ਦਕਾਨਾ ਪਾਓ ਹਾਂ ਜੋ ਮਰਜ਼ੀ ਕਰੋ ਤੁਸੀਂ ਜੋ ਮਰਜ਼ੀ ਕਰੋ ਹਾਂ ਪਰ ਕਿਸੇ ਦਾ ਕਸੂਰ ਕੀ ਆ ਇੱਕ ਨੇ ਪ੍ਰਾਬਾ ਟਰਾਲੀ ਭਰੀ ਜਾਵੇ ਬੰਦਾ ਰੇਤੇ ਦੀ ਜੀ ਉਹਨੇ ਕੁਛ ਨਹੀਂ ਨਾ ਉੱਤੇ ਪਾਣੀ ਛੜਕਿਆ ਨਾ ਉਹਦੇ ਤੇ ਕੋਈ ਪਤਰਪਾਲ ਸੀ ਮਗਰਲੇ ਪਾਸੇ ਦਾਸ ਸੀ ਫੇਰ ਬਸ ਉਹ ਦਾਸ ਦੇ ਅੱਖਾਂ 'ਚ ਸੁਰਮਾ ਪਿਆ ਕਿਤੇ ਓਏ ਓਏ ਨਹੀਂ ਗਲਤ ਗੱਲ ਆ ਬਈ ਇਹ ਤਾਂ ਖਿਆਲ ਰੱਖਣਾ ਚਾਹੀਦਾ ਵਾਕਈ ਤੇ ਇੱਕ ਚੀਜ਼ ਹੋਰ ਹੈ ਜਿੰਨੀ ਟਰਾਲੀ ਦੀ ਸਮਰੱਥਾ ਉਨੀ ਹੀ ਭਰੋ ਹਾਂ ਆਪਾਂ ਕਈ ਵਾਰ ਨਾ ਟਰਾਲੀ ਟਰਾਲੀ ਉੱਚੀਆਂ ਕਰਾਈਆਂ ਹੁੰਦੀਆਂ ਟਾਣਾ ਸਾਹਿਬ ਉਹ ਹੁਣ ਗੰਨੇ ਵਾਲੀਆਂ ਕਈ ਟਰਾਲੀਆਂ ਵੇਖੀ ਦੀਆਂ ਉਹ ਐ ਜਾਣੀਆਂ ਜੀ ਹਾਂ ਇਦਾਂ ਹੀ ਹੈ ਤੇ ਤੁਸੀਂ ਵੇਖੋ ਕਿੰਨਾ ਜ਼ਿਆਦਾ ਰਿਸਕ ਆ ਉਹਦੇ ਵਿੱਚ ਹੈ ਨਾ ਕੋਈ ਵੀ ਦੁਰਘਟਨਾ ਵਾਪਰ ਸਕਦੀ ਹੈ ਸੋ ਇਸ ਲਈ ਖਾਸ ਖਿਆਲ ਰੱਖਣਾ ਚਾਹੀਦਾ ਹੈ ਨਾ ਜੀ ਬਿਲਕੁਲ ਸਹੀ ਜੱਜ ਦਾ ਵਿਚਾਰ ਹਰਮਨ ਜੀ ਗੁੱਸਾ ਆਇਆ ਤੇ ਉੱਪਲ ਗਈ ਸਿਆਣੇ ਕਹਿੰਦੇ ਨੇ ਬਿਲਕੁਲ ਕਹਿੰਦੇ ਆ ਤੇ ਸੱਚ ਕਹਿੰਦੇ ਆ ਹਾਂ ਗੁੱਸਾ ਕਰਨ ਵਾਲਾ ਬੰਦਾ ਨਾ ਆਪਦੇ ਅੰਦਰੇ ਨੂੰ ਸਾੜ ਬੈਂਦਾ ਮੱਚਾ ਹੀ ਰਹਿੰਦਾ ਜਿਹੜਾ ਭੁੱਬੜ ਬਣ ਜਾਂਦਾ ਜਿਹੜਾ ਜੀ ਕਈ ਵਾਰ ਨੂੰ ਇਹ ਪਤਾ ਵੀ ਨਹੀਂ ਲੱਗਦਾ ਕਿ ਉਹ ਆਪ ਦਾ ਕਿੰਨਾ ਨੁਕਸਾਨ ਕਰ ਬੈਠੇ। ਹੱਡੀ ਉਤਰਾਓ ਕੱਢ ਕੇ ਨਾ ਕਿਸੇ ਬਾਰੇ ਕੁਝ ਵੀ ਕਹਿਣਾ ਜਦੋਂ ਮੈਨੂੰ ਬੜਾ ਹੈਰਾਨੀ ਹੁੰਦੀ ਬੜਾ ਦੁੱਖ ਹੁੰਦਾ। ਸੋਚ ਕੇ ਬੋਲੋ ਤੋਲ ਕੇ ਬੋਲੋ। ਪਰ ਗੱਲ ਇਹ ਕੁਝੇ ਕੁ ਲੋਕ ਨਾ ਦਿਲ ਦੇ ਵਿੱਚ ਮਨ ਦੇ ਵਿੱਚ ਜਦੋਂ ਕਿਸੇ ਦੇ ਪ੍ਰਤੀ ਕੋਈ ਗੁੱਸਾ ਹੁੰਦਾ ਉਹਨੂੰ ਸਾਂਭ ਹੀ ਰੱਖਦੇ ਨੇ ਕਿੰਨਾ-ਕਿੰਨਾ ਚਿਰ। ਖੋਰੀ ਲੋਕ ਹੁੰਦੇ ਖੋਰੀ ਤੇ ਮੌਕੇ ਦੀ ਤਲਾਸ਼ 'ਚ ਰਹਿੰਦੇ ਨੇ ਵੀ ਮੌਕਾ ਮਿਲੇ। ਸਿਆਣੇ ਇਹ ਗੱਲ ਕਹਿੰਦੇ ਵੀ ਸਭ ਤੋਂ ਵੱਧ ਖੋਰ ਊਠ ਪਾਲਦਾ। ਮੈਂ ਤਾਂ ਸੱਚੀ ਊਠਾਂ ਵਰਗੀ ਹੀ ਇਹ। ਹਾਂ ਬਿਲਕੁਲ ਸਹੀ ਹੈ। ਪਰ ਕੁਝੇ ਕੁ ਲੋਕ ਮੌਕੇ ਕਾਰੀ ਦੇਣਾ ਆ ਮੋਗੇ ਦੇ ਵੱਲੋਂ ਖਬਰ ਆਈ ਆ ਜੀ 5 ਸਾਲ ਪੁਰਾਣਾ ਗੁੱਸਾ ਅੰਦਰ ਪਾਲੀ ਬਿਠਾ ਸੀਗਾ 5 ਸਾਲ ਪੁਰਾਣਾ ਵੋਟੀ ਨੂੰ ਮੜੀ ਜੀ ਗੱਲ ਕਹਿਤੀ ਨਾਈ ਨੇ ਤੇ ਬਾਅਦ ਦੇ ਵਿੱਚ ਉਹ ਇੰਨਾ ਤਪ ਗਿਆ ਮੇਰੀ ਵੋਟੀ ਨੂੰ ਕਿਹਾ ਜਾਣੇ ਤਮੰਨਾ ਨੂੰ ਕਿਹਾ ਇਦਾਂ ਓ ਮਾਈ ਗਾਡ ਮੇਰੀ ਜ਼ਿੰਦਗੀ ਨੂੰ ਇਹ ਕਹਤਾ ਹਾਂਜੀ ਵੱਡੂ ਕਹਣਾ ਮੈਂ ਕੋਕੇ ਜਣੂ ਮੈਂ ਇਹਨਾਂ ਦੇ ਹੈ ਹਾਂਜੀ ਨਹੀਂ ਨਹੀਂ ਅਸਲ 'ਚ ਉਹਨੇ ਜਨਾਨੀ ਨੂੰ ਕੁਝ ਕਿਹਾ ਨਹੀਂ ਸੀ ਟਾਣਾ ਸਾਹਿਬ ਅਸਲ ਦੇ ਵਿੱਚ ਉਹ ਚੀਜ਼ ਤੇ ਸਨਮਾਨ ਜਿਹੋ ਜਿਹਾ ਭਾਲਦੀ ਸੀ ਉਹ ਮੈਂ ਨਹੀਂ ਦੇ ਸਕਿਆ ਹੋਇਆ ਕੀ ਸੀ ਇਹਦਾ ਵੱਦ ਸੀ ਕਿ ਇੱਕ ਸਲੂਨ ਦਾ ਮਾਲਕ ਇੱਕ ਕੈਲੋਬੀਆ ਜਿਹੜਾ ਵਾਲ ਕੱਟਣ ਵਾਲੀ ਦੁਕਾਨ ਹਾਂ ਉਹ ਉਹਦਾ ਮਾਲਕ ਕਹਿੰਦੇ ਕਿ ਇੱਕ ਬੀਬੀ ਜਿਹੜੇ ਆ ਉਥੇ ਗਏ ਆਪਣਾ ਮਤਲਬ ਵਾਲ ਬੂਲ ਕਟਾਉਣ ਦੇ ਲਈ ਵਿਆਹ ਤੇ ਜਾਣਾ ਸੀ ਉਹਨੇ ਕੋਈ ਜੂੜਾ ਜੜਾ ਠੀਕ ਕਰਾਉਣ ਗਈ ਬੀਬੀ ਕੋਈ ਮਸਕਾਰੇ ਮਸਪੂਰੇ علاوہ ਕੋਈ ਹੋਰ ਜੋ ਲੱਲੇ ਭੱਬੇ ਹੁੰਦੇ ਆ ਉਹ ਕਰਵਾਉਣ ਗਈ ਜੀ ਤੇ ਕਹਿੰਦੇ ਉੱਥੇ ਕਿਉਂਕਿ ਰਸ਼ਬਹੁਤ ਜ਼ਿਆਦਾ ਸੀਗਾ ਕਜ਼ਾਦੇ ਸੀ ਹਾਂਜੀ ਭੀੜ ਸੀ ਤੇ ਉੱਥੇ ਜਿਹੜਾ ਉਹਨੂੰ ਸਹੀ ਤਰੀਕੇ ਦੇ ਨਾਲ ਉਹਦਾ ਮੇਕਅਪ ਨਹੀਂ ਹੋਇਆ ਕਿ ਪਤਾ ਨਹੀਂ ਉਹਨੂੰ ਸਹੀ ਤਰੀਕੇ ਨਾਲ ਸਮਾਂ ਨਹੀਂ ਦਿੱਤਾ ਗਿਆ ਪੂਜਾ ਪਾ ਗਿਆ ਗਲਤ ਲੱਗ ਗਿਆ ਜੀ ਵੀ ਮਤਲਬ ਉੱਥੇ ਕੋਈ ਗੜਬੜ ਹੋ ਗਈ ਸਮਾਂ ਜਿਹੜਾ ਉਹ ਸਹੀ ਤਰੀਕੇ ਨਾਲ ਦਿੱਤਾ ਨਹੀਂ ਗਿਆ ਬੀਬੀ ਆਹ ਜਿਹੜਾ ਹੁੰਦਾ ਇੱਥੋਂ ਆਈਲਾਈਨਰ ਹਾਂ ਆਈਲਾਈਨਰ ਉਹ ਬਾਹਰ ਨਿਕਲ ਗਿਆ ਉਹਦਾ ਨਹੀਂ ਅਜਿਹਾ ਤਾਂ ਬਾਹਰ ਹੀ ਕੱਢ ਕੇ ਲਾਉਂਦੀਆਂ ਨੇ ਉਹ ਪੂਛ ਵਾਲੀ ਇਧਰੋਂ ਨਿਕਲ ਗਈ ਪਤਾ ਨਹੀਂ ਕੀ ਹੋਇਆ ਟੈਣਾ ਸਾ ਬਸ ਗੁੱਸਾ ਸੀ ਕਹਿੰਦਾ ਮੇਰੀ ਘਰ ਵਾਲੀ ਦੇ ਨਾਲ ਚੰਗਾ ਵਤੀਰਾ ਨਹੀਂ ਹੋਇਆ ਉਹਨੇ ਆ ਕੇ ਕਿ ਮੇਰੇ ਤਾਂ ਸੁਰਖੀ ਖਿਲਾਰਤੀ ਇਹਨੇ ਹਾਂ ਜਾਂ ਉਹਨੇ ਜੋ ਵੀ ਆਖ ਦੱਸੇ ਮੇਰਾ ਵਾਲ ਪੱਟ ਤੇ ਜੁੜਾ ਗਾ ਦੇਣਾ ਮੇਰੇ ਬੋਧਨ ਹੱਥ ਪਾਲਿਆ ਨੇ ਤੇ ਬੰਦਾ ਸੀ ਗੁੱਸੇ ਵਾਲਾ ਬੰਦੇ ਨੇ ਫਿਰ ਮੌਕਾ ਧਾੜਿਆ ਵੀ ਮੈਂ ਕੋਈ ਗੱਲ ਨਹੀਂ ਕਰਾਂ ਜਾਣੇ ਤਮੰਨਾ ਗੱਲੇ ਆ ਵੀ ਜੋ ਤੇਰੇ ਨਾਲ ਹੋ ਗਈ ਹੋ ਗਈ ਹਾਂ ਪਰ ਮੈਂ ਆਖਰੀ ਸਾਹ ਤੱਕ ਇਸ ਗੱਲ ਨੂੰ ਭੁੱਲੂੰਗਾ ਨਹੀਂ ਤੇ ਮੈਂ ਬਦਲਾ ਲਵਾਂ ਬਦਲਾ ਜਦੋਂ ਕਦੇ ਮੌਕਾ ਮਿਲ ਗਿਆ ਤੇਰੇ ਸਾਹਮਣੇ ਕਹਾਂ ਮੈਂ ਨੇਹਰੀਆਂ ਲਿਆ ਦੂੰ ਹਾਂ ਉਹ ਵੀ ਕਨੀ ਸਿੱਪ ਚੱਲ ਕੋਈ ਗੱਲ ਨਹੀਂ ਹਾਂ ਮੇਰੇ ਵਾਲਾ ਹੀ ਆ ਗਾਣਾ ਸੁਣਦਾ ਹੁਣ ਹਰ ਵੇਲੇ ਨੇਹਰੀਆਂ ਲਿਆ ਦੂ ਬਿੱਲੋਂ ਨੇਹਰੀਆਂ ਹਾਂ ਤੇ ਲੋ ਜੀ ਇੱਕ ਦਿਨ ਜੀ ਫਿਰ ਉਹਨੇ ਕਰਤਾ ਉਸ ਦੁਕਾਨ ਤੇ ਫੋਨ ਪੰਜ ਵਰਿਆਂ ਬਾਅਦ ਹੂੰ ਕਹਿੰਦਾ ਵੀ ਮੈਂ ਬੋਲਦਾ ਸੰਗਰੂਰ ਦੀ ਜੇਲ੍ਹ ਦੇ ਵਿੱਚੋਂ ਤੁਹਾਨੂੰ ਪਤਾ ਨਹੀਂ ਮੇਰੇ ਸੁਹਾ ਦਾ ਮੈਂ ਹੁਣ ਨਾ ਕੌਣ ਹੂੰ ਡੇਢ ਲੱਖ ਰੁਪਏ ਦਾ ਪ੍ਰਬੰਧ ਕਰ ਰੋਲੇ ਸਾਰੇ ਚੱਕਣੇ ਮੈਂ ਹੈ ਤੇ ਲੋ ਜੀ ਉਸ ਤੋਂ ਬਾਅਦ ਨਾ ਪੈਸੇ ਲੈਣ ਪਹੁੰਚ ਗਿਆ ਅੱਛਾ ਉਹ ਕਿਤੇ ਨਾਈ ਨੇ ਸੈਲੂਨ ਵਾਲੇ ਦੇ ਪਹਿਲੇ ਪੁਲਿਸ ਅਦੀ ਸੀ ਉਹ ਜਿਹੜਾ ਰੁਪਈਏ ਫੜ ਲੱਗ ਤੁਰੇ ਜੁਪ ਲਿਆ ਉਤੋਂ ਫੜ ਲਿਆ ਉਤੋਂ ਤੇ ਹੁਣ ਉਹਨੇ ਸਾਰੀ ਕਹਾਣੀ ਦੱਸੀ ਹੈ ਕਹਿੰਦਾ ਵੀ ਦੇਖੋ ਪਾਏ ਤਾਂ ਪਟਨੇ ਘਰ ਵਾਲੀ ਦੇ ਮੇਕਅਪ ਨਹੀਂ ਹੈ ਮੈਂ ਹੀਰੋ ਬਣ ਰਿਹਾ ਸੀ ਹਾਂ ਤੇ ਅਗਲਾ ਨੇ ਬਣਾਤਾ ਬਿਲਕੁਲ ਪਰ ਇਹਨਾਂ ਲੋਕਾਂ ਨੂੰ ਪਤਾ ਨਹੀਂ ਰਹਿਣਾ ਸਭ ਅੱਜਕੱਲ ਤਾਂ ਪਟੇ ਵੀ ਮਸ਼ੀਨ ਤੇ ਆ ਰੁਕ ਦਰੁਕਦੇ ਪੰਜ ਸੱਤ ਛੱਡ ਜਾਂਦੇ ਆ ਤੇ ਉਹ ਪਤਾ ਵੀ ਦੇਖੋ ਇਹੋ ਜਿਹਾ ਸਨਮਾਨ ਆਪੋ ਆਪਣਾ ਤੇ ਟੋ ਟਪਾ ਸੰਜਾ ਜੇ ਤਾਂ ਰਪਈਆ ਹੈ ਨਾ ਡੇਢ ਲੱਖ ਜੀ ਫੇਰ ਤਾਂ ਉਹਨੇ ਕਹਿੰਿਆ ਸੀ ਵੀ ਮੈਂ ਤਾਂ ਹੁਣ ਸੈਟ ਲੈ ਕੇ ਹੀ ਆਉਣਾ ਹਾਂ ਤੇ ਹੁਣ ਜਿਹੜੇ ਪਟੇ ਆ ਉਹ ਭਾਈ ਆਪੋ ਆਪਣੇ ਜੀ ਬਿਲਕੁਲ ਕਹਿੰਦੇ ਵੀ ਹੁਣ ਵੋਟੀ ਦੇ ਉੱਤੇ ਵੀ ਪਰਚਾ ਦਰਜ ਹੋ ਗਿਆ ਤੇ ਵੋਟੀ ਨੂੰ ਪੁਲਿਸ ਲੱਭਦੀ ਫਿਰਦੀ ਹੈ ਦੇਖੋ ਗੱਲ ਇਹ ਹੈ ਵੀ ਕਿਸੇ ਦੇ ਨਾਲ ਇਹ ਦਬਧਿਕੀ ਨਹੀਂ ਕਰਨੀ ਚਾਹੀਦੀ ਕਿਉਂ ਕਿਸੇ ਨੂੰ ਡਰਾਉਨੇ ਕਿਉਂ ਕਿਸੇ ਦੇ ਨਾਲ ਇਹ ਧੱਕਾ ਕਰਦੇ ਹੋ ਜੇਕਰ ਵਾਕਈ ਉਹਨੇ ਮਾੜਾ ਬਥੀਰਾ ਕੀਤਾ ਤਾਂ ਇਹ ਗਲਤੀ ਉਹਦੀ ਵੀ ਹੈ ਕਿ ਉਹਨੂੰ ਦਾਖਤਾ ਵੈਸੇ ਵੀ ਰੱਬ ਸਮਾਨ ਹੁੰਦਾ ਹੈ ਉਹਨੂੰ ਚੰਗੀ ਤਰੀਕੇ ਨਾਲ ਕਿਉਂਕਿ ਅਗਲਾ ਵੀ ਪੈਸੇ ਦੇ ਕੇ ਤੇ ਫੇਰ ਹੀ ਕੋਈ ਕੰਮ ਕਰਵਾਉਣ ਗਿਆ ਹੈ ਨਾ ਤੇ ਉਹਨੂੰ ਚੰਗੀ ਤਰੀਕੇ ਦੇ ਨਾਲ ਅਟੈਂਡ ਕਰਨਾ ਚਾਹੀਦਾ ਸੀ ਵੇਖਣਾ ਚਾਹੀਦਾ ਸੀ ਤੇ ਚਲੋ ਜੇਕਰ ਉਹ ਉਹਨੇ ਗਲਤੀ ਕਰ ਦਿੱਤੀ ਹਣ ਦੇਣੀ ਆ 5 ਸਾਲ ਅੰਦਰੋਂ ਅੰਦਰੀ ਲੜਦਾ ਰਿਹਾ ਹੋਏਗਾ ਤੇ ਨਾਲੇ ਜਦੋਂ ਮੂੰਹ ਧੋ ਲਿਆ ਮੇਕਅਪ ਲੈ ਗਿਆ ਗੱਲ ਖਤਮ ਹੋ ਗਈ ਨਾਲੇ ਉਹ 5 ਸਾਲ ਵੈਸੇ ਵਿਅਰਥ ਗਏ ਤੇ ਉਸ ਤੋਂ ਬਾਅਦ ਹੁਣ ਜੇਕਰ ਕੋਈ ਕਾਰਵਾਈ ਹੁੰਦੀ ਆ ਤਾਂ ਉਹ ਸਮਾਂ ਵੈਸੇ ਖਰਾਬ ਜਾਊਗਾ ਤਾਂ ਫਾਇਦਾ ਕੀ ਹੋਇਆ ਸਹੀ ਜੱਜ ਦਾ ਵਿਚਾਰ ਪ੍ਰਾਈਮੇਰੀ ਸ਼ਾਹ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਾਜ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ ਬਿਲਕੁਲ ਜੀ ਟੈਣਾ ਸਾਹਿਬ ਠੱਗ ਨਾ ਬਹੁਤ ਤੁਰੇ ਫਿਰਦੇ ਨੇ ਸਹੀ ਹੱਥ ਤੇ ਹੱਥ ਮਾਰੀ ਫਿਰਦੇ ਨੇ ਲੋਕ ਤਾਂ ਵੀ ਮੌਕਾ ਮਿਲੇ ਤਾਂ ਅਸੀਂ ਛਾ ਜੀਏ ਕੋਈ ਸ਼ੱਕ ਨਹੀਂ ਇਦਾਂ ਦੇ ਬੰਦੇ ਛਾ ਗਏ ਕਿੱਥੇ ਟੈਣਾ ਸਾਹਿਬ ਕਰੰਸੀ ਛਾਪਦੇ ਸੀ ਘਰੇ ਉਹ ਤਾਂ ਅੱਛਾ ਅੱਛਾ ਨੋਟ ਘਰੇ ਛਾਪਦੇ ਸੀ ਇਹੋ ਜਿਹੀਆਂ ਖਬਰਾਂ ਤਾਂ ਬਹੁਤ ਆਉਂਦੀਆਂ ਅੱਜ ਜਦੋਂ ਹੁਣ 2000 ਦੇ ਨਵੇਂ ਨੋਟ ਚੱਲੇ ਉਦੋਂ ਕਤਾਰ ਦੇ ਵਿੱਚ ਖੜਕੇ ਨਹੀਂ ਬੰਦਾ ਆਪਦੇ ਪੈਸੇ ਬਦਲਵਾਉਂਦਾ ਹੁੰਦਾ ਸੀ ਤੇ 10 ਵੀ ਉਹਨਾਂ ਦੇ ਵਿੱਚੋਂ ਇੱਕ ਸੀ ਇੱਕ ਦਿਨ ਮੈਂ ਪੁਰਾਣੇ ਨੋਟ ਲੈ ਕੇ ਗਿਆ ਮੈਂ ਕਿਹਾ ਵੀ 2000 ਰੁਪਏ ਬਦਲਵਾ ਲੈ ਕਿ ਜੀ ਉਹਨੇ ਮੈਨੂੰ ਚਰਲਈ ਜੇ ਰੰਗ ਦਾ ਨੋਟ ਦਿੱਤਾ ਆਹ ਹਾ ਹਾ 2000 ਦਾ ਹਾਂ ਉਹ ਰੋਟੀਵੀ ਚੈਨਲ ਤੇ ਪਤਾ ਕੀ ਚੱਲਦਾ ਹੁੰਦਾ ਸੀ ਇਹ ਦੇਖਣੇ ਮੈਂ ਡਾਲਰ ਜੈਸਾ ਲੱਗਦਾ ਹੈ ਹਾਂ ਇਸਨੇ ਤਾਂ ਡਾਲਰ ਕੋ ਵੀ ਫਿਲ ਕਰ ਲਿਆ ਹੈ ਇਸਮੇ ਚਿਪ ਲੱਗੀ ਹੈ ਇਸਮੇ ਚਿਪ ਲੱਗੀ ਹੈ ਮਿੱਟੀ ਮੇਂ ਦਬਾ ਦੋ ਤਾਂ ਪਤਾ ਚਲ ਜਾਏਗਾ ਕਹਾਂ ਹੈ ਨੋਟ ਹਾਂ ਚਲੋ ਮੈਂ ਕਿਹਾ ਵੀ ਚਲੋ ਕੋਈ ਨਾ ਡਾਲਰ ਮੇਂ ਚਿਪ ਲੱਗੀ ਆ ਮੇਰੀ ਜੇਬ ਤੇ ਕੀ ਪਤਾ ਲੱਗ ਜੂਗਾ ਇਹ ਤਾਂ ਬਣਾ ਭੁੱਬਲਾ ਹੋਰ ਜੀ ਲਓ ਜੀ ਇੱਕ ਰੇੜਾ ਮੈਂ ਚਲਾ ਗਿਆ ਪੈਟਰੋਲ ਪੰਪ ਤੇ ਉਹ ਵੇਖ ਕੇ ਕਹਿੰਦਾ ਤਾਂ ਨਕਲੀ ਆ ਹੈ ਮੈਂ ਕਿਹਾ ਮੈਂ ਨਾ ਡੂੜ ਘੰਟਾ ਕਤਾਰ ਚ ਖੜਾ ਇਸਮੇ ਚਿਪ ਲੱਗੀ ਹੈ ਹਾਂ ਮੇਰਾ ਤਰਾ ਨਾ ਦਿਖਦਾ ਹੈ ਇਸਨੇ ਤਾਂ ਪੌਣ ਕੋਬੀ ਫੀਲ ਕੀਤਾ ਹੈ ਹਾਂ ਇਹ ਤਾਂ ਚਲੇਗਾ ਫਿਰ ਮੈਂ ਕਿਹਾ ਤੂੰ ਵੀ ਕਤਾਰ ਵਿੱਚ ਲੱਗਾ ਐਸਾ ਹੀ ਤੇਰੇ پاس ਹੋਗਾ ਹਾਂ ਉਹਨੂੰ ਮੈਂ ਸਮਝਾਇਆ ਸਮਝੋਆ ਫੇਰ ਗੱਲ ਬਣੀ ਮੇਰੇ ਚੰਗੇ ਭਲੇ ਨੋਟ ਦਾ ਸਤਿਆਨਾਸ਼ ਕਰਤਾ ਸੀ ਉਹਨੇ ਹਾਏ ਮੈਂ ਮਰ ਗਈ ਟਾਣਾ ਸਭ ਬੰਦੇ ਇਸ ਤਰਾ ਨਿਕਲ ਜਾਂਦਾ ਸੀ ਇੱਕ 2000 ਦਾ ਨੋਟ ਇਸ ਤੋਂ ਵੱਡਾ ਨੋਟ ਹੈ ਨਹੀਂ ਭਾਰਤ 'ਚ ਆਖਰੀ ਉਹ ਵੀ ਤਰਲੇ ਮਿੰਦਾਂ ਨਾਲ ਮਿਲਿਆ ਤੇ ਤਰਲੇ ਮਿੰਦਾਂ ਨਾਲ ਮਿਲਿਆ ਹਾਂ ਤੇ ਕਹਿ ਕਹਿ ਕੇ ਲੈਂਦਾ ਸੀ ਉਹ ਫੜਾ ਦੇ ਉਹ ਹਾਂ ਹੋ ਦੇ ਦਿਓ 2000 ਵਾਲਾ ਦੇ ਦਿਓ ਹਾਂ ਬਿਲਕੁਲ ਸਹੀ ਹੈ ਪਰ ਉਹਦਾ ਬਹੁਤ ਕਾਜ ਹੋਇਆ ਪਰ ਚਲੋ ਖੈਰ ਅਨਕਲੀ ਨੋਟਾਂ ਵਾਲਿਆਂ ਦੀ ਆਪਾਂ ਗੱਲ ਕਰ ਰਹੇ ਸੀ 8 ਲੱਖ 40000 ਰੁਪਏ ਨਕਲੀ ਛਾਪ ਛਾਪ ਚਲਾ ਚੁੱਕੇ ਬੰਦੇ ਅੱਛਾ ਕਰਦੇ ਕੀ ਸੀ ਵਿਦੇਸ਼ਾਂ ਦੇ ਵਿੱਚੋਂ ਪੇਪਰ ਮੰਗਵਾਉਂਦੇ ਹੁੰਦੇ ਸੀ ਨੋਟ ਛਾਪਣ ਦੇ ਹਾਂ ਵਰਕਾ ਜਿਹੜਾ ਜਿੱਤੇ ਨੋਟ ਛਾਪਣਾ ਸੀ ਵਿਦੇਸ਼ਾਂ ਦੇ ਵਿੱਚੋਂ ਮੰਗਵਾ ਕੇ ਤੇ ਉਹਦੇ ਤੇ ਨੋਟ ਛਾਪ ਛਾਪ ਚਲਾਈ ਜਾਂਦੇ ਸੀ ਕਦੀ ਢਾਬੇ ਤੇ ਤੇ ਜਾਂ પેટ્રોલ ਪੰਪ ਤੇ ਦੇਖੋ ਗੱਲ ਇਹ ਆ ਵੀ ਢਾਬਿਆਂ ਦੇ ਉੱਤੇ ਜੀ ਤੇ ਪੈਟਰੋਲ ਪੰਪਾਂ ਦੇ ਉੱਤੇ ਅਕਸਰ ਇਦਾਂ ਦੇ ਨੋਟ ਕਈ ਲੋਕ ਚਲਾ ਜਾਂਦੇ ਆ ਕਿਉਂਕਿ ਪੈਟਰੋਲ ਪੰਪ ਦੇ ਉੱਤੇ ਕਤਾਰ ਲੱਗੀ ਹੁੰਦੀ ਆ ਤੁਸੀਂ ਤੇਲ ਪਵਾਇਆ ਨੋਟ ਫੜਾਇਆ ਚਲੋ ਅੱਗੇ ਤੇਲ ਪਵਾਇਆ ਨੋਟ ਫੜਾਇਆ ਚਲੋ ਅੱਗੇ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਕਿ ਗਲਿਆ ਕੋਈ ਨੋਟ ਚਲਾਉਣਾ ਹੋਵੇ ਪਾਟਿਆ ਨੋਟ ਚਲਾਉਣਾ ਹੋਵੇ ਥੋੜਾ ਜਿਹਾ ਕੋਈ ਹੋਰ ਤਰ੍ਹਾਂ ਦਾ ਨੋਟ ਹੋਵੇ ਉਹ ਮੂੰਹ ਨੇਰੇ 'ਚ ਜਾ ਕੇ ਤੇਲ ਪਵਾਉਂਦੇ ਆ ਤੇ ਜਦੋਂ ਤੇਲ ਪਵਾ ਲਿਆ ਤੇ ਕੋਈ ਕਹੇ ਪੈਸੇ ਜਦੋਂ ਪੈਸੇ ਫੜਾਉਂਦੇ ਆ ਉਹ ਕਹਿੰਦੇ ਵੀ ਇਹ ਨਹੀਂ ਚੱਲਣਾ ਬਾਈ ਹੋਰ ਦੇ ਨੋਟ ਕਹਿੰਦੇ ਮੇਰੇ ਕੋਲ ਤਾਂ ਹੈ ਨਹੀਂ ਹੁਣ ਇਹ ਤਾਂ ਹੈ ਨਹੀਂ ਵੀ ਤੇਲ ਬਾਕੀ ਚੀਜ਼ ਤਾਂ ਬੰਦਾ ਕੋ ਕੋ ਬਈ ਇੱਥੇ ਰੱਖ ਜਾ ਹਾਂ ਜਦੋਂ ਤੇਰੇ ਕੋਲ ਚੱਜਦਾ ਨੋਟ ਹੋਇਆ ਉਦੋਂ ਲੈ ਜੀ ਉਹ ਟੈਂਕੀ ਚੋਂ ਕੀ ਕੱਢੂ ਰਹੇ ਗੱਲ ਸਹੀ ਹੈ ਤੁਹਾਡੀ ਬਿਲਕੁਲ ਹਾਂ ਇਸ ਕਰਕੇ ਇਹ ਢਾਬਿਆਂ ਦੇ ਉੱਤੇ ਤੇ ਪੈਟਰੋਲ ਪੰਪਾਂ ਤੇ ਨੋਟ ਚਲਾਉਂਦੇ ਹੁੰਦੇ ਸੀ ਤੇ ਕਈ ਥਾਵਾਂ ਤੇ ਪੱਪਾਂ ਤੇ ਚਲੇ ਜਾਣਾ ਇਹਨਾਂ ਨੇ ਅੱਛਾ ਜੀ ਉੱਥੇ ਪੂਰਾ ਠਮਕਾ ਠਮਕਾ ਲਾ ਕੇ ਆਉਣਾ ਹੂੰ ਤੇ ਉੱਥੇ ਜਾ ਕੇ ਕਹਿੰਦੇ ਸੀ ਵੀ ਆਹ ਦੱਥੀ ਦੇ ਇੱਕ ਨਵੇਂ ਨੋਟਾਂ ਦੀ ਆ ਸਾਡੇ ਕੋਲੇ ਹੈਗੇ ਆ ਅੱਛਾ ਹਾਂ ਆ ਚੱਕ ਦੋ 2000 ਦੇ ਆ ਪੰਜ ਪੰਜ ਸੌ ਵਾਲੇ ਦੇ ਦੱਥੀਆਂ ਦੇ ਹੂੰ ਤੇ ਅਸੀਂ ਸੱਟਣੇ ਉਤੋਂ ਦੀ ਉਹ ਵੀ ਲਾਲਚ ਕਰ ਜਾਂਦੇ ਆ ਜੀ ਵੀ ਪਾਈ ਇੱਥੇ ਸੱਟ ਕੇ ਜਾਣੇ ਇਹਨਾਂ ਨੇ ਉਹ ਸੱਟਦੇ ਸੀ ਥੋੜੇ ਜਿਹਾ ਬਾਕੀ ਜੇਬ ਚ ਪਾ ਲੈਂਦੇ ਸੀ ਅਸਲੀ ਲੈ ਲੈ ਨਕਲੀ ਦੇਤੇ ਹਾ ਕਿੰਨਾ ਦਿਮਾਗ ਟਹਿਣਾ ਸਾਬ ਤੇ ਪੁਲਿਸ ਨੇ ਬੰਦੇ ਫੜ ਲਏ ਆ ਹਮ ਪੁਲਿਸ ਕਹਿੰਦੀ ਵੀ ਇਹ ਬੰਦੇ ਪਤਾ ਨਹੀਂ ਕਦੋਂ ਦੇ ਕੰਮ ਕਰਦੇ ਸੀਗੇ ਜੀ ਪਰ ਉਹ ਕਹਿੰਦੇ ਵੀ ਇਹਨਾਂ ਲੋਕਾਂ ਦੀ ਪੜ੍ਹਾਈ ਲਿਖਾਈ ਤਾਂ ਘਾਟ ਹੀ ਆ ਪਰ ਕਹਿੰਦੇ ਇੰਟਰਨੈਟ ਬਹੁਤ ਵਿੰਦੇ ਆ ਹਾਂ ਬਸ ਉਹਦੀ ਕਾੜ ਦੇ ਕਾੜ ਦੇ ਇਹ ਕਹਿੰਦੇ ਗੂਗਲ ਤੇ YouTube ਤੇ ਪਤਾ ਨਹੀਂ ਕੀ ਕੀ ਵਿੰਦੇ ਰਹਿੰਦੇ ਆ ਹਮ ਤੇ ਕਹਿੰਦੇ ਵੀ ਇਹਨਾਂ ਨੇ ਆਕ ਤਿਤ ਤਾਂ ਕੀਤੀ ਆ ਜੀ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਹੁੰਦਾ ਅੱਜ ਨਹੀਂ ਤਾਂ ਕੱਲ ਬੰਦਾ ਫੜਿਆ ਹੀ ਜਾਂਦਾ ਇਸ ਲਈ ਕੋਈ ਇਦਾਂ ਦੇ ਕੰਮ ਕਰਨ ਤੋਂ ਵੈਸੇ ਹੀ ਗੁਰੇਜ਼ ਕਰਨਾ ਚਾਹੀਦਾ ਬਿਲਕੁਲ ਜੀ ਤੇ ਇਮਾਨਦਾਰੀ ਵਾਲੀ ਗੱਲ ਕੋਈ ਹੈ ਹੀ ਨਹੀਂ ਕਿਤੇ ਬਦਲ ਹੀ ਕਿਉਂ ਨਹੀਂ ਇਮਾਨਦਾਰੀ ਦਾ ਜੀ ਬਿਲਕੁਲ ਤੇ ਇਮਾਨਦਾਰੀ ਦੇ ਨਾਲ ਜਿੰਨੇ ਕ ਨੋਟ ਕਮਾਉਨੇ ਆ ਉਹਨੇ ਕ ਬਹੁਤ ਹੈਗੇ ਆ ਹਮ ਤੇ ਭਾਈ ਕਮਾਈ ਹੋਵੇ ਤੰਗ ਦੀ ਬਿਲਕੁਲ ਠੱਗੀਆਂ ਠੋੜੀਆਂ ਨਾਲ ਕਿੰਨੇ ਕ ਪੈਸੇ ਕਮਾ ਲੋਗੇ ਜਾਨਾ ਸਾ ਮੈਨੂੰ ਸਮਝ ਨਹੀਂ ਆਉਂਦੀ ਜਦੋਂ ਸਕੂਲ ਜਾਂਦੇ ਆ ਨਾ ਛੋਟੇ ਹੁੰਦੇ ਸਭ ਤੋਂ ਉਹ ਮੈਨੂੰ ਲੱਗਦਾ ਕਿ ਆਪਣੇ ਇੱਥੇ ਹੀ ਇਹ ਪਾਠ ਪੜਾਇਆ ਜਾਂਦਾ ਲਾਲਚ ਬੁਰੀ ਬਲਾ ਹੈ ਕਦੀ ਇਮਾਨਦਾਰੀ ਦੇ ਨਾਲ ਹੀ ਹਮੇਸ਼ਾ ਜ਼ਿੰਦਗੀ ਨੂੰ ਜੀਓ ਕਦੀ ਕਿਸੇ ਨਾਲ ਠੱਗੀ ਨਾ ਕਰੋ ਬੰਦੇ ਨੂੰ ਲਾਲਚ ਨਹੀਂ ਕਰਨਾ ਚਾਹੀਦਾ ਜੇ ਕਿਤੇ ਪਾਪਾ ਇਹ ਗੱਲ ਕਹਿੰਦਾ ਵੀ ਪੁੱਤ ਲਾਲਚ ਬੁਰੀ ਬਲਾ ਹੈ ਤੇ ਪੁੱਤ ਤਾਂ ਉਹਨੂੰ ਤਾਂ ਮੰਨੂਗਾ ਜੇਕਰ ਪਾਪਾ ਲਾਲਚ ਨਹੀਂ ਕਰਦਾ ਬਿਲਕੁਲ ਜੇ ਪੁੱਤ ਨੂੰ ਇਹ ਗੱਲ ਕਹੀ ਜਾਂਦੀ ਹੈ ਧੀ ਨੂੰ ਇਹ ਗੱਲ ਕਹੀ ਜਾਂਦੀ ਹੈ ਵੀ ਪੁੱਤ ਬਾਹਰ ਝੂਠ ਨਹੀਂ ਬ ਨਿਆਣੇ ਨੂੰ ਕਹਿ ਕੇ ਨਾ ਵੀ ਝੂਠ ਨਹੀਂ ਬੋਲਣਾ ਤੇ ਆਪ ਹੀ ਕਹਿ ਦੂਗੇ ਕਹਿ ਦੇ ਮੈਂ ਘਰੇ ਹੈ ਨਹੀਂ ਹਾਂ ਤੇ ਫਿਰ ਉਹ ਨਿਆਣਾ ਉਹੀ ਕਰੂਗਾ ਜਿਸ ਨੂੰ ਫਿਰ ਕਹਿੰਗੇ ਜ਼ਿੰਦਗੀ ਦੇ ਵਿੱਚ ਪੁੱਤ ਤੂੰ ਕਦੇ ਝੂਠ ਦਾ ਸਹਾਰਾ ਨਹੀਂ ਲੈਣਾ ਤੇ ਜੇ ਕੋਈ ਨਿਆਣਾ ਮੁਰੋ ਕਹੇ ਪਪਾ ਤੂੰ ਕਿੱਲੇ ਆ ਹੁਣੇ ਹੁਣੇ ਤਾਂ ਕਹਿ ਕੇ ਹਟਿਆ ਮੈਂ ਘਰੇ ਹੈ ਨਹੀਂ ਤੇ ਨਿਆਣਾ ਵੀ ਕਹਿੰਦਾ ਡਾਡੀ ਜੀ ਕਹਿੰਦਾ ਮੈਂ ਨਹੀਂ ਕਹਿੰਦਾ ਘੂੜੇ ਤੇ ਜਾਣਾ ਜੀ ਗੱਲ ਇਹ ਆ ਬਿਲਕੁਲ ਜੱਜ ਦਾ ਵਿਚਾਰ ਡਾਣਾ ਸਾਹਿਬ ਕਹਿੰਦੇ ਵੀ ਕੇਟ ਸਟੀਵ ਤੇ ਮੈਰੀ ਹਾਂ ਤੇ ਨਾ ਨੇ ਸਟੀਵੋ ਨਾਲ ਵਿਆਹ ਕਰਾ ਲੈਣਾ ਤੇ ਸਕੀਆਂ ਪਹਿਣਾ ਹਾਂ ਉਹ ਕਹਿੰਦਾ ਵੀ ਠੀਕ ਆ ਸਾਡੇ ਲਈ ਠੀਕ ਆ ਇਹ ਉਹ ਕਹਿੰਦਾ ਵੀ ਚਲੋ ਜਿਵੇਂ ਘਰਦਿਆਂ ਨੂੰ ਠੀਕ ਆ ਮੈਨੂੰ ਵੀ ਉਹਵੇਂ ਠੀਕ ਆ ਨਹੀਂ ਪਸਟੀਵੋ ਮੰਨ ਗਿਆ ਫਿਰ ਟੀਵੋ ਮੰਨ ਗਿਆ ਸਟੀਵੋ ਨੇ ਤਾਂ ਭੱਜ-ਭੱਜ ਕੇ ਮੰਨਿਆ ਉਹ ਤਾਂ ਪਰ ਕੇ ਮੈਂ ਕੀ ਟੀਵੋ ਕਹਿੰਦਾ ਭੱਗੀਆਂ ਨਹੀਂ ਨਹੀਂ ਮੈਂ ਕੇਟ ਤੇ ਹੈਰਾਨ ਆ ਵੀ ਕੇਟ ਨੂੰ ਹੈ ਹੀ ਨਹੀਂ ਵੀ ਛੋਟੀਆਂ ਪਹਿਣਾ ਦੋਵੇਂ ਤੇ ਮਤਲਬ ਵੀ ਮਿੱਤਰਤਾ ਉਹ ਕੇਟ ਦਾ ਸੀ ਨਹੀਂ ਨਹੀਂ ਅਸਲ ਦੇ ਵਿੱਚ ਗੱਲ ਐ ਸੀ ਵੀ ਉਹ ਨਾ ਪਹਿਲਾਂ ਕੇਟ ਤੇ ਸਟੀਵੋ ਸੀਗੇ ਦੋਨੋਂ ਜਣੇ ਦੋਸਤ ਅੱਛਾ ਬਾਅਦ ਵਿੱਚ ਚਟਕ-ਛੋਟ ਕੇ ਵੱਧ ਗਈ ਇਹਨਾਂ ਦੀ ਫਿਰ ਫੋਨ ਤੇ ਗੱਲਬਾਤ ਕਰਨ ਲੱਗੇ ਫਿਰ 2 2 ਵਜੇ ਤੱਕ ਸੌਂਦੇ ਨਹੀਂ ਸੀਗੇ ਅੱਛਾ ਫਿਰ ਅੱਧੀ ਅੱਧੀ ਰਾਤ ਤੱਕ ਰਜਾਈ 'ਚ ਮੂੰਹ ਕਰਕੇ कुंठ-ਮੁੰਡ ਨੂੰ ਕੁੰਡ-ਮੁੰਡ ਕਰਦੇ ਰਹਿੰਦੇ ਸੀ ਹਾਂ ਆਏ ਪਿਆਰ ਇਹਨਾਂ ਦਾ ਵਧਾ ਗਿਆ ਅੱਛਾ ਵਧਾ ਗਿਆ ਵਧਾ ਗਿਆ ਇੱਕ ਨਿਕਲਣ ਸਿਖਰ ਦੇ ਉੱਤੇ ਪਹੁੰਚ ਗਿਆ ਪਿਆਰ ਦਾ ਫਲ ਪੱਕ ਗਿਆ ਅੱਛਾ ਇਸ ਤੋਂ ਪਹਿਲਾਂ ਕਿ ਉਹ ਫਲ ਟਿਕ ਪੇ ਹਾਂ ਇਹਨਾਂ ਨੇ ਅੱਛਾ ਵੀ ਚਲੋ ਹੁਣ ਆਪਾਂ ਵਿਆਹ ਕਰਾ ਲਈਏ ਇਹ ਤਾਂ ਪਹਿਲਾਂ ਉਹਦੇ 'ਚ ਕੀੜੇ-ਕੂੜੇ ਪੈ ਜਾਣ ਇਸ ਫਲ ਦੇ ਵਿੱਚ ਗਲ ਜੇ ਇਹ ਇੱਕ ਪਾਸਾ ਗਲ ਜੇ ਫਲ ਦਾ ਜੀ ਤੇ ਉਹਨੇ ਆਪਦੇ ਘਰ ਦੇ ਨਾਲ ਮਿਲਾਤਾ ਕਹਿੰਦੀ ਵੀ ਕੱਲ ਨੂੰ ਤੂੰ ਆਈਂ ਸਟਿਵੋ ਹਾਂ ਤੇ ਮੇਰੇ ਬੇਬੇ ਬਾਬਾ ਨੂੰ ਤੇਰੇ ਮਿਲਾਵਾਂਗੇ ਓਕੇ ਤੇ ਉਹ ਕਹਿੰਦਾ ਮੈਂ ਆ ਜਾਊਂਗਾ ਸਾਢੇ 2:00 ਪਹੁੰਚ ਗਿਆ ਪੂਰਾ ਟਾਈਮ ਤੇ ਟਾਈਮ ਤੇ ਹੀ ਆਉਂਦਾ ਹੁੰਦਾ ਇਹੋ ਜਿਹੇ ਵੇਲੇ ਅੱਛਾ ਅੱਛਾ ਬਾਅਦ ਚ ਨਹੀਂ ਬੰਦਾ ਟਾਈਮ ਤੇ ਆਉਂਦਾ ਪਹਿਲਾਂ ਤੇ ਟਾਈਮ ਤੇ ਹੀ ਆਉਂਦਾ ਪਹਿਲਾ ਵਕਤ ਤੇ ਹੀ ਆਉਂਦਾ ਲੋ ਜੀ ਘਰੇ ਪਹੁੰਚ ਗਿਆ ਉਹਨਾਂ ਨੇ ਵੀ ਚਾਹ ਚੂਪ ਪਿਆਈ ਮਠੀਆਂ ਮਠਕੀਆਂ ਖਵਾਈਆਂ ਉਹ ਮਟਰੀ ਵੀ ਸੀ ਮੈਂ ਉਸ ਨੂੰ ਮਟਰੀ ਵੀ ਸੀਗੀ ਉੱਥੇ ਸਮੋਸੇ ਤੇ ਜਿਹੜਾ ਉਹ 6 ਮਟਰਾਂ ਵਾਲੇ ਸਪਰਿੰਗ ਰੋਲ ਵੀ ਸਾਰਾ ਕੁਝ ਜਿਹੜੇ ਖਵਾਇਆ ਉੱ ਲੋ ਜੀ ਉਸ ਤੋਂ ਬਾਅਦ ਉਹਨਾਂ ਦੇ ਭੈਣਾਂ ਵੀ ਸੀਗੀਆਂ ਇਹ ਕੇਟਦਿਆਂ ਤੋਂ ਹਾਂ ਹਾਂ ਤੇ ਉਹਨਾਂ ਨੂੰ ਵੀ ਜੀਜਾ ਪਸੰਦ ਆ ਗਿਆ ਉਹ ਕਿਹੜੀਆਂ ਵੀ ਵੈਰੀ ਨਾਈਸ ਉਹ ਗਾਣਾ ਵਿੱਚ ਸੁਣਾਇਆ ਹੋਣਾ ਨਾ ਟੈਨਸ਼ਨ ਨਹੀਂ ਲੈਣੀ ਸਾਲੀਏ ਆ ਜਾ ਭੰਗੜਾ ਪਾ ਲਈਏ ਹਾਂ ਉਹ ਵੀ ਵੈਰੀ ਨਾਈਸ ਵੈਰੀ ਹੈਂਡਸਮ ਓਕੇ ਵੈਰੀ ਪੋਲਾਈਟ ਓਕੇ ਇਹ ਤਾਂ ਨਹੀਂ ਗੱਲਾਂ ਗੁਲਾ ਕੀਤੀਆਂ ਉਹ ਜੀ ਹੌਲੀ ਹੌਲੀ ਘਰਦਿਆਂ ਨੂੰ ਚਲੋ ਪਸੰਦ ਆਉਣਾ ਹੀ ਸੀਗਾ ਇਹ ਸਾਰਾ ਟੱਬਰ ਆਪਸ ਦੇ ਵਿੱਚ ਮਿਲਣ ਗੱਲੇ ਲੱਗ ਪਿਆ ਚਲੋ ਹੁਣ ਜਿਹੜੀ ਕੇਟ ਆ ਈਵ ਤੇ ਮੈਰੀ ਹਾਂ ਉਹਨਾਂ ਨੂੰ ਵੀ ਪਸੰਦ ਆ ਈਵ ਤੇ ਮੈਰੀ ਕਹਿੰਦੀਆਂ ਵੀ ਦੇਖੋ ਬੰਦਾ ਤੁਚਣਾ ਹੀਰਾ ਹੂੰ ਇਹੋ ਜਿਹੇ ਹੀਰੇ ਕਿਤੇ ਮਿਲਦੇ ਨਹੀਂ ਤੇ ਹੀਰਾ ਇੱਕੋ ਹੀ ਸੀ ਤੇ ਹੀਰਾ ਹੈ ਕਿੰਨੀ ਵੀ ਇੱਕੋ ਹੀ ਸਾਨੂੰ ਤਾਂ ਇਹੋ ਜਿਹੇ ਹੀਰਾ ਲੱਭਿਆ ਨਹੀਂ ਕਿਤੇ ਉਹ ਕਹਿੰਦੀ ਆ ਵੀ ਆਪਾਂ ਤਿੰਨ ਨਹੀਂ ਵਿਆਹ ਕਰਵਾ ਲੈਣੀ ਇਹਦੇ ਨਾਲ ਉਹ ਵੀ ਮੰਨ ਗਈ ਕੇਟ ਵੀ ਚਲੋ ਦਰਿਆਦਲ ਸੀਗੀ ਐਡੀ ਦਰਿਆਦਲ ਉਧਰੋਂ ਦਰਿਆਦਲ ਬੰਦਾ ਵੀ ਸੀਗਾ ਅੱਛਾ ਉਹਨਾਂ ਤਿੰਨਾਂ ਨੇ ਹੁਣ ਇੱਕੋ ਬੰਦੇ ਨਾਲ ਵਿਆਹ ਕਰਵਾ ਲਿਆ ਤੀਵੋ ਨਾਲ ਹਾਂਜੀ ਨਹੀਂ ਆਪਾਂ ਗੱਲ ਐ ਸੁਣਾਈ ਆ ਟਣਾ ਸਭ ਜਿਵੇਂ ਉਹ ਪ੍ਰੀਜ਼ੈਂਟ ਕਿ ਯਾ ਇੱਧਰ ਕਿਤੇ ਫੱਟੂ ਟਿੰਗਿਆਲ ਰਹਿੰਦਾ ਹੁੰਦਾ ਉਹ ਕਿਤੇ ਨਹੀਂ ਇੱਥੇ ਰਹਿੰਦਾ ਇਹ ਰਹਿੰਦਾ ਨਾ ਰਹਿੰਦਾ ਹੋਵੇ ਪਰ ਗੱਲ ਇਹ ਵੀ ਜੋ ਉਹਨੇ ਕੀਤਾ ਆਪਾਂ ਤੁਹਾਡਾ ਵੇਰਵਾ ਪੇਸ਼ ਕੀਤਾ ਪਰ ਬੰਦਾ ਕਿੱਥੋਂ ਦਾ ਹੈ ਇਹ ਤਾਈਵਾਨ ਦਾ ਅੱਛਾ ਪਰ ਮੈਂ ਹੈਰਾਨ ਆ ਟੈਣਾ ਸਾਹਿਬ ਇਹਨਾਂ ਦੇ ਮਹੱਲਿਆਂ 'ਚ ਗੱਲਾਂ ਨਹੀਂ ਹੁੰਦੀਆਂ ਤੁਹਾ ਮੇਰੀ ਬੇਟੀ ਮਹੱਲਿਆਂ 'ਚ ਆਪਣੀਆਂ ਹੁੰਦੀਆਂ ਦੇਖੋ ਗੱਲ ਇਹ ਆ ਉਧਰ ਨਹੀਂ ਹੁੰਦੀਆਂ ਹੋਣਗੀਆਂ ਹਨਾ ਵੀ ਆਪਣੇ ਤਾਂ ਇੱਥੇ ਹੋਣ ਨੂੰ ਬੀਬੀਆਂ ਨੇ ਮੂੰਹ 'ਚ ਚੁੰਨੀ ਪਾ ਕੇ ਤਾਂ ਹੋਣ ਨੂੰ ਤਾਂ ਮਤਲਬ ਚੰਗੀ ਤਰ੍ਹਾਂ ਨਾਲ ਸਟੀਵ ਉਹਦਾ ਦਾਦਾ ਪਰਦਾਦਾ ਸਾਰੇ ਫਰੋਲੇ ਹੋਣੇ ਸੀ ਇਹ ਤਾਂ ਟੱਬਰ ਹੀ ਗੰਦਾ ਪਾਪੇ ਦਾ ਆਧਾਰ ਕਾਰਡ ਹੁਣ ਤੱਕ ਫੇਸਬੁੱਕ ਤੇ ਪਾਇਆ ਹੋਣਾ ਸੀ ਪਾਇਆ ਹੋਣਾ ਸੀ ਕਿ ਇਹ ਕੌਣ ਸੀਗਾ ਹਨਾ ਉਧਰ ਭੈਣਾ ਤੇਨੇ ਲੜ ਲੜ ਕੇ ਤੇ ਪਤਾ ਨਹੀਂ ਇੱਕ ਦੂਜੇ ਦੇ ਮਤਲਬ ਵੈਸੇ ਹੀ ਖਿਲਾਫ ਹੋਈਆਂ ਹੋਣੀਆਂ ਸੀ ਸਹੀ ਗੱਲ ਪਰ ਦੇਖੋ ਉਹ ਬਾਹਰਲਾ ਮੁਲਖਾ ਬਈ ਬਾਹਰਲੇ ਮੁਲਖਾ ਚਾਂੇ ਚੱਲਦਾ ਪਰ ਅਗਲੀ ਗੱਲ ਇਹ ਆ ਵੀ ਹੁਣ ਸਟੀਵੋ ਤੈਨੂੰ ਪਤਾ ਲੱਗੂ ਵੀ ਆਟਾ ਕੀ ਭਾਵਿਕਦਾ ਸਟੀਵੋ ਜਿਹੜਾ ਪਾਲਕ ਦੀ ਕੁਛੀ ਨਾ ਆਈ ਹੁਣ ਹਾਂ ਤੇ ਜੋ ਧੋਨੀਆਂ ਨਾਲ ਲਿਆਂਦਾ ਤੇ ਜਦੋਂ ਤਿੰਨੇ ਜਾਣੀਆਂ ਜੁੰਡੋ ਜੋੜੀ ਹੋਈਆਂ ਤੇਰੇ ਨਾਲ ਹਾਂ ਤੈਨੂੰ ਫੇਰ ਪਤਾ ਲੱਗਣਾ ਬਿਲਕੁਲ ਸਹੀ ਐ ਸਟੀਵੋ ਹਾਂ ਪਿਆਰ ਪੂਰਾ ਨਾ ਜਿਹੜਾ ਵਧੀਆ ਚਲੋ ਇਹ ਜਿਹੜੇ ਪਿਆਰ ਵਾਲੇ ਫਲ ਦਾ ਹੁਣ ਵੇਖੀ ਤੂੰ ਬਣਦਾ ਕੀ ਬਣਦਾ ਕੀ ਆ ਟੀਸੀ ਤਾਂ ਲੱਗਿਆ ਸੀ ਸਹੀ ਗੱਲ ਚੰਚ ਦਾ ਵਿਚਾਰ ਹਰਮਨਜੀ ਕੁਮੀ ਇਨਸਾਫ ਮੋਰਚਾ ਲਗਾਤਾਰ ਅੱਗੇ ਵਧ ਰਿਹਾ ਜੀ ਤੇ ਜਥੇ ਬਣ ਕੇ ਸਿੰਘਾਂ ਨੇ ਤੇ ਭਗਵੰਤ ਮਾਨ ਦੀ ਕੋਠੀ ਦੇ ਵੱਲ ਜਾ ਰਹੇ ਆ ਤੇ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਏ ਜਾਂਦੇ ਤੇ ਬਾਅਦ ਦੇ ਵਿੱਚ ਭਾਵੇਂ ਛੜਵੀ ਦਿੱਤੇ ਜਾਂਦੇ ਆ ਜੀ ਇਸ ਵੇਲੇ ਪੰਜਾਬ ਦੇ ਦੋ ਹਿੱਸਿਆਂ ਦੇ ਵਿੱਚ ਪ੍ਰਦਰਸ਼ਨ ਚੱਲ ਰਹੇ ਆ ਜਾਂ ਕਹਿ ਦੇ ਕਿ ਵੀ ਪ੍ਰਦਰਸ਼ਨਕਾਰੀ ਬੈਠੇ ਧਰਨਾ ਲਾ ਕੇ ਉਹਦੇ ਵਿੱਚੋਂ ਇੱਕ ਮੁਹਾਲੀ ਦੇ ਵਿੱਚ ਦੂਜੇ ਬਠਿੰਡਾ ਅਮਰਸਰ ਸੜਕ ਦੇ ਉੱਤੇ ਬੈਠੇ ਆ ਉਹ ਬੈਬਲ ਕਲਾਂ ਗੋਲੀ ਕਾਂਡ ਇਨਸਾਫ ਮੋਰਚਾ ਜਿਹੜਾ ਉਧਰ ਬੈਠਾ ਤੇ ਇੱਧਰ ਜਿਹੜਾ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੁਹਾਲੀ ਦੇ ਵਿੱਚ ਬੈਠਾ ਜੀ ਬੇਨਤੀ ਸਾਡੀ ਇਹ ਸਰਕਾਰਾਂ ਨੂੰ ਵੀ ਭਾਈ ਜਿਹੜੇ ਵੀ ਵਾਦੇ ਕੀਤੇ ਹੁੰਦੇ ਨੇ ਉਹ ਪੂਰੇ ਕਰਿਆ ਕਰੋ ਜੀ ਕੇਜਰੀਵਾਲ ਸਾਹਿਬ ਚੋਣਾਂ ਤੋਂ ਪਹਿਲਾਂ ਪ੍ਰਚਾਰ ਦੇ ਮੌਕੇ ਗੱਲ ਕਹੇ ਸੀ ਕਿ ਹਮੇ ਇੱਕ ਬਾਰ ਮੌਕਾ ਦਿਜੀਏਗਾ 24 ਘੰਟੇ ਵਿੱਚ ਹਮ ਆਪਕੋ ਇਨਸਾਫ ਦੇ ਦੇਂਗੇ ਹਾਂ ਤੇ ਕੇਦਰੀਵਾਲ ਸਾਹਿਬ ਸਾਲ ਪੂਰਾ ਹੋਣ ਲੱਗਿਆ ਪੰਜਾਬ ਦੇ ਵਿੱਚ ਜੀ ਕਦੇ ਮੜਾ ਮੋਟਾ ਬੋਲੋ ਹੂੰ ਕੁਝ ਨਾ ਕੁਝ ਦੁਖਦਾ ਜਾਣੋ ਜਿਹੜੇ ਬੰਦੇ ਨੇ ਆਪਦਾ ਪਿਓ ਗਵਾ ਲਿਆ ਜਿਨ੍ਹਾਂ ਨੇ ਆਪਦੇ ਪਰਿਵਾਰਕ ਮੈਂਬਰ ਗਵਾ ਲੇ ਤੁਸੀਂ ਇਨਸਾਫ ਦੀ ਗੱਲ ਕੀਤੀ ਪਿਛਲੀਆਂ ਸਰਕਾਰਾਂ ਨੂੰ ਲੋਕਾਂ ਨੇ ਪਰ ਇਹ ਕਿਉਂ ਕੀਤਾ ਇਸੇ ਲਈ ਕਿਉਂਕਿ ਉਹਨਾਂ ਨੇ ਇਸ ਮਸਲੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਹੂੰ ਆਕਾਲੀ ਦਲ ਦੀ ਸਰਕਾਰ ਕਿਉਂ ਗਈ ਇਸ ਮਸਲੇ ਕਰਕੇ ਹੂੰ ਕਾਂਗਰਸ ਦੀ ਕਿਉਂ ਬਣੀ ਇਸ ਮਸਲੇ ਕਰਕੇ ਕਾਂਗਰਸ ਦੀ ਵੀ ਕਿਉਂ ਗਈ ਇਸ ਮਸਲੇ ਕਰਕੇ ਤੇ ਆਮ ਆਦਮੀ ਪਾਰਟੀ ਦੀ ਕਿਉਂ ਆਈ ਇਸ ਮਸਲੇ ਦੇ ਕਰਕੇ ਵੀ ਇਨਸਾਫ ਮਿਲੂਗਾ ਤੇ ਆਪ ਜੀ ਦੀ ਨਾ ਜਾਵੇ ਇਸ ਕਰਕੇ ਵੇਲੇ ਸਰਕਾਰ ਕਾਰਵਾਈ ਕਰੋ ਇਨਸਾਫ ਦਿਓ ਲੋਕਾਂ ਦੀ ਤਾਕਤ ਬਹੁਤ ਵੱਡੀ ਤਾਕਤ ਹੁੰਦੀ ਹੈ ਤੇ ਹਰ ਵਾਰ ਇਸ ਤਾਕਤ ਨੂੰ ਪਰਖਿਆ ਨਹੀਂ ਜਾਣਾ ਚਾਹੀਦਾ ਜਦੋਂ ਲੋਕ ਇਕੱਠੇ ਹੋ ਜਾਂਦੇ ਨੇ ਜਦੋਂ ਲੋਕ ਇੱਕ ਜੁੱਟ ਹੋ ਜਾਂਦੇ ਨੇ ਤਾਂ ਉਹਨਾਂ ਦੀ ਮੰਗ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ ਨਾਲੇ ਵੈਸੇ ਵੀ ਟਾਣਾ ਸਾਹਿਬ ਇੱਕ ਮੁਲਕ ਦੇ ਵਿੱਚ ਦੋ ਕਾਨੂੰਨ ਨਹੀਂ ਹੋ ਸਕਦੇ ਇੱਕ ਮੁਲਕ ਦੇ ਵਿੱਚ ਇੱਕ ਹੀ ਕਾਨੂੰਨ ਹੁੰਦਾ ਤੇ ਉਹ ਇੱਕ ਹੀ ਕਾਨੂੰਨ ਹਰ ਇੱਕ ਦੇ ਉੱਪਰ ਲਾਗੂ ਹੁੰਦਾ ਸੋ ਇਸ ਲਈ ਜਿਹੜੇ ਵੀ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਇਹ ਮੁੱਦਾ ਅਜੇ ਤਾਂ ਨਹੀਂ ਕਿੰਨੇ ਸਾਲਾਂ ਤੋਂ ਸਤਾਹੀ ਸੁਣਦੇ ਆ ਰਹੇ ਆ ਐਸਆਈਟੀ ਬਣਾ ਲਈ ਐਸਆਈਟੀ ਬਣਾ ਲਈ ਨਵੀਂ ਸਰਕਾਰ ਆਈ ਉਹਨਾਂ ਨੇ ਪਿਛਲੀ ਐਸਆਈਟੀ ਕੈਨਸਲ ਕਰਤੀ ਨਵੀਂ ਬਣਾਤੀ ਉਸ ਤੋਂ ਬਾਅਦ ਫੇਰ ਨਵੀਂ ਬਣਾਤੀ ਫੇਰ ਰਿਪੋਰਟ ਗਲਤ ਹੋ ਗਈ ਫੇਰ ਨਵੀਂ ਬਣਾਤੀ ਬੰਦੀ ਸਿੰਘਾਂ ਦਾ ਕਸੂਰ ਕੀ ਆ ਰਿਹਾਈ ਹੋਣੀ ਚਾਹੀਦੀ ਹੈ ਅਦਾਲਤ ਦੇ ਮੁਤਾਬਕ ਮਾਨਯੋਗ ਜੱਜ ਸਾਹਿਬਾਨ ਨੇ ਜੋ ਵੀ ਸਜ਼ਾ ਦਿੱਤੀ ਉਹਨਾਂ ਨੇ ਸਿਰ ਮੱਥੇ ਕਬੂਲ ਕਰ ਲਈ ਪਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਅੰਦਰ ਰੱਖਿਆ ਜਾ ਰਿਹਾ ਤੇ ਕਾਰਨ ਕੀ ਆ ਦੇ ਪਿੱਛੇ ਠੀਕ ਕਾਰਨ ਕੀ ਹੈ ਕਿ ਤੁਹਾਨੂੰ ਇਹ ਲੱਗਦਾ ਵੀ ਭਾਈ ਇਹ ਸਾਰਾ ਕੁਝ ਠੀਕ ਆ ਸੋ ਸਰਕਾਰਾਂ ਨੂੰ ਬੇਨਤੀ ਇਹ ਆ ਭਾਵੇਂ ਸੂਬਾਈ ਸਰਕਾਰ ਆ ਤੇ ਭਾਵੇਂ ਕੇਂਦਰ ਦੀ ਸਰਕਾਰ ਆ ਬਈ ਮਾੜਾ ਮੋਟਾ ਸੋਚੋ ਜੀ ਜਿਨ੍ਹਾਂ ਨੇ ਆਪਦੇ ਟੱਬਰ ਦੇ ਜੀ ਦੇਖੇ ਹੀ ਨਹੀਂ ਇਹਨੇ ਵੜਿਆ ਤਾਂ ਕਈ ਕਿਦਾ ਹੱਕ ਹੈ ਤਾਂ ਕਸੂਰ ਉਹਨਾਂ ਦਾ ਕੀ ਆ ਸੋ ਇਸ ਮੋਰਚੇ ਨੂੰ ਬਲ ਮਿਲ ਰਿਹਾ ਜਿਹੜਾ ਮੁਹਾਲੀ ਦੇ ਵਿੱਚ ਆ ਜਾਂ ਜਿਹੜਾ ਇੱਥੇ ਬੇਅਦਬੀ ਕਾਂਡ ਦੇ ਉੱਤੇ ਲੱਗਾ ਹੋਇਆ ਜੀ ਬਠਿੰਡਾ ਅੰਮ੍ਰਿਤਸਰ ਸੜਕ ਦੇ ਉੱਤੇ ਸੋ ਉਹਨਾਂ ਲੋਕਾਂ ਦੇ ਵੱਲੋਂ ਵੱਧ ਤੋਂ ਵੱਧ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਜਿਹੜੇ ਲੋਕ ਜਜ਼ਬਾਤੀ ਤੌਰ ਦੇ ਉੱਤੇ ਸਾਂਝ ਰੱਖਦੇ ਆ ਜਿਹੜੇ ਲੋਕ ਦੂਜਿਆਂ ਦੀ ਪੀੜ ਨੂੰ ਆਪਣੀ ਪੀੜ ਮਹਿਸੂਸ ਕਰਦੇ ਆ ਤੇ ਸੂਬੇ ਦੀ ਸਰਕਾਰ ਨੂੰ ਵੀ ਬੋਰਡ ਭਾਵੇਂ ਚਾਰ ਘੱਟ ਲਾ ਲੋ ਤੇ ਇਧਰਲੇ ਪਾਸੇ ਮਾੜਾ ਜਿਹਾ ਖਿਆਲ ਕਰ ਲੋ ਬਿਲਕੁਲ ਸਹੀ ਤੁਹਾਡੇ ਹੀ ਲੋਕ ਨੇ ਇਹਨਾਂ ਚੋਂ ਵੀ ਬਹੁਤਿਆਂ ਨੇ ਹੋ ਸਕਦਾ ਤੁਹਾਨੂੰ ਵੋਟਾਂ ਪਾਈਆਂ ਹੁਣ ਤੇ ਉਹਨਾਂ ਵੋਟਾਂ ਦੀ ਵੀ ਕਦਰ ਕਰ ਲੋ ਬਾਕੀ ਹੁਣ ਆਪਾਂ ਚੱਲੀਏ ਚਾਣਾ ਬਿਲਕੁਲ ਜੀ ਆਪਾਂ ਚੱਲਦੇ ਆ ਤੇ ਤੁਹਾਡੇ ਖੇਤਰ ਦੇ ਵਿੱਚ ਮੌਸਮ ਕਿਵੇਂ ਆ ਮੀਂਹ ਕਣੀ ਕਿਵੇਂ ਆ ਤੇ ਕਣਕ ਨੂੰ ਪਾਣੀ ਲਾਤਾ ਕਿ ਨਹੀਂ ਲਾਇਆ ਕਿਉਂਕਿ ਮੌਸਮ ਵਿਭਾਗ ਨੇ ਤਾਂ ਇਹ ਗੱਲ ਕਹਤੀ ਵੀ ਮੀਂਹ ਪੈ ਜਾਣਾ ਪਰ ਉਧਰ ਪਤਾ ਲੱਗਾ ਜੀ ਖੇਤੀਬਾੜੀ ਵਿਭਾਗ ਨੇ ਕਿਹਾ ਉਹ ਕਹਿੰਦੇ ਜੀ ਕਣਕ ਨੂੰ ਤੇ ਬਾਕੀ ਜੜੀਆਂ ਇਹ ਹੈਗੀਆਂ ਹੜੀ ਦੀਆਂ ਫਸਲਾਂ ਇਹਨੋਂ ਪਾਈ ਪਾਣੀ ਲਾ ਲੋ ਪਾਣੀ ਲਾਉਣਾ ਸਮੇਂ ਦੀ ਲੋੜ ਆ ਜੀ ਬਾਕੀ ਤੁਹਾਡੀ ਮਰਜ਼ੀ ਆ ਤੁਹਾਡੀਆਂ ਫਸਲਾਂ ਕਾਮਯਾਬ ਰਹਿਣ ਹੂੰ ਇਹ ਕੁਦਰਤੀ ਕਰੋਪੀ ਦਾ ਸ਼ਿਕਾਰ ਨਾ ਹੋਣ ਬਿਲਕੁਲ ਤੁਹਾਡੇ ਕਰਜ਼ੇ ਸਾਰੇ ਲੈ ਜਾਣ ਖੁਸ਼ਹਾਲ ਜੰਦਾਬਾਦ ਰਹੋ ਬਿਲਕੁਲ ਸਾਰੇ ਲੋਕਾਂ ਦੇ ਘਰਾਂ 'ਚ ਖੁਸ਼ਹਾਲੀ ਆਵੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਬਿਲਕੁਲ ਤੇ ਇਹਨਾਂ ਗੱਲਾਂ ਦੇ ਨਾਲ ਹੀ ਹੁਣ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਜੀ ਜਾਣਦਾ ਹੋ ਗਿਆ ਵੇਲਾ ਪ੍ਰਤੀਕਿਰਿਆ ਆਪਣੀ ਜ਼ਰੂਰ ਛੱਡ ਤੇ ਪਹਚਾਓ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਤੁਹਾਡੀ ਹਾਜ਼ਰ ਹੈ ਜੰਚਦਾ ਵਿਚਾਰ